सर दोस्त द्रोशी पढ़ो बिस्मिल्लाह नहमत हो नसल्ली अला रसूल हल करे अम्मा बाद फऊज़ु बिल्लाह मिनश शैतानिर रजीम बिस्मिल्लाहिर रहमानिर रहीम الله وكونوا مع الصادقين آمنت بالله صدق الله العلي العظيم وصدق رسوله النبي الكريم ونحن على ذلك من الشاهدين والشاكرين والحمد لله رب العالمين هر دم خدا نو یاد کر ایویں عمر نہ اپنے برباد کر मरण तो पहला यह जिंद आजाद कर गल सुन मेरी है बेखबर दुनिया दा रिश्ता कूड़ है दुनिया मिट्टी लप धूड़ है ए दुनिया सब संग चूड़ है ऐ यार तू गाफल ना हो सादके का लफज जो कुरान में हक ने फरमाया है वलियों की शान में वजीफों विरद चिलों से अगर हासिल खुदा होता मुर्शद बिन खुदा मिलता तो मुर्शद कब रवा होता न मकतब से न कॉलेज के दर से पैदा दीन होता है बुजुर्गों की नज़र से पैदा पाके उजाद जिसने बगैर थम्मा दे आसमान में छत बनाया पाके उजाद जिस पानी दे उत्ते मिट्टी का बिछौना बिछाया जरूरी नहीं कि हर बंदा पाक बुढ़ा होके मरेगा ज़रूरी नहीं कि हर बंदा बीमार होके मरेगा एक वक्त है दोस्तों दाएं बाएं मौतां होंदियां वेखदे ही पए सारे बुढ़े नहीं होंदे सारे बीमार भी नहीं होंदे सारे एक दुख नाल नहीं मरदे जिंदगी दा एक दरवाज़ा मौत दे कई दरवाजे किसी नूं पता भी नहीं कि मैं बुढ़ के मरना है मैं खुदकशी करनी है मैं कतल होना है मैं एक्सीडेंट ना जाना है ये किसी नूं नहीं पता अगर ये मालूम हुंदा उस पासे बंदा जांदा ही नहीं लेकिन हुण दुआ मांग के उधर जांदा है जिते मरना होंदा सुनो अल्लाह के दुआई मंगदा या अल्लाह मैनू वीज़ा ले दे उंज ते ना जाना मरण वास्ते उत्ते हुण इस लालच ना जावेगा इंदा लिखिया उत्ते ये मर जावेगा हज़रत सुलेमान अलैहि सलाम वाद नसीहत फरमा रहे सन
ਜਿੰਨ ਵੀ ਬਹਿ ਕੇ ਸੁਣਦੇ ਪਏ ਸਨ, ਇਨਸਾਨ ਵੀ ਸੁਣਦੇ ਪਏ ਸਨ, ਫਰਿਸ਼ਤੇ ਵੀ ਬਹਿ ਕੇ ਸੁਣਦੇ ਸਨ। ਇੱਕ ਬੰਦਾ ਉੱਠਿਆ, ਉਹ ਜਿਹੜੇ ਵਿੱਚ ਬੰਦੇ ਬੈਠੇ ਹਨ ਉਹਨਾਂ ਨੂੰ ਇੱਕ ਅੱਲੋ ਗੌਰ ਨਾਲ ਵੇਖਦਾ ਗਿਆ। ਉਹ ਬੰਦਾ ਡਰ ਗਿਆ, ਉਹ ਚਲਾ ਗਿਆ। ਇਹ ਬੰਦਾ ਸੁਲੇਮਾਨ ਅਲੈਹਿਸ ਸਲਾਮ ਕੋਲ ਪੁੱਛਦਾ, ਯਾ ਹਜ਼ਰਤ, ਇਹ ਬੰਦਾ ਕੌਣ ਆ ਜਿਹੜਾ ਹੁਣ ਉੱਠ ਕੇ ਗਿਆ? ਆਪ ਨੇ ਫਰਮਾਇਆ, ਤੂੰ ਇਹਨੂੰ ਕੀ ਆਖਣਾ? ਯਾ ਹਜ਼ਰਤ, ਉਸ ਮੇਰੇ ਨੂੰ ਵੇਖਿਆ ਅਤੇ ਮੈਨੂੰ ਬੜਾ ਡਰ ਆਇਆ। ਆਪ ਨੇ ਫਰਮਾਇਆ, ਮਲਕਲ ਮੌਤ। ਇੱਥੇ ਹੁਣ ਤਾਂ ਤਕਰੀਰ ਸੁਣਦਾ ਰਿਹਾ ਅਤੇ ਹੁਣ ਇਹਦੀ ਡਿਊਟੀ ਬੜੀ ਸਖਤ ਹੈ, ਇਹ ਉੱਧਰ ਗਿਆ। ਇਹ ਹੁਣ ਮਗਰੂ ਹਜ਼ਰਤ ਸੁਲੇਮਾਨ ਅਲੈਹਿਸ ਸਲਾਮ ਨੂੰ ਚੰਬੜ ਗਿਆ, ਯਾ ਹਜ਼ਰਤ, ਮੈਨੂੰ ਕਿਤੇ ਦੂਰ ਭੇਜ ਦਿਓ, ਇੱਥੇ ਤਾਂ ਮੈਨੂੰ ਉਹਨੇ ਵੇਖ ਲਿਆ। ਯਾ ਹਜ਼ਰਤ, ਮੈਨੂੰ ਕਿਤੇ ਦੂਰ ਭੇਜ ਦਿਓ, ਇੱਥੇ ਤਾਂ ਮੈਨੂੰ ਵੇਖ ਲਿਆ। ਆਪ ਨੇ ਫਰਮਾਇਆ, ਉਹਦੀ ਪਹੁੰਚ ਤੋਂ ਦੂਰ ਕੋਈ ਵੀ ਨਹੀਂ, ਜਿੱਥੇ ਵੀ ਕੋਈ ਹੈ ਉਹ ਵੇਂਦਾ ਪਿਆ, ਉਹਦੇ ਕੋਲ ਸ਼ਡਿਊਲ ਬਣਿਆ ਹੈ, ਉਹ ਵੇਖ ਲੈਂਦਾ ਹੈ, ਉਹਨੂੰ ਉਸ ਵੇਲੇ ਚੁੱਕ ਲੈਂਦਾ। ਨਹੀਂ ਯਾ ਹਜ਼ਰਤ, ਮਿਹਰਬਾਨੀ, ਤੁਹਾਡਾ ਕਿਹੜਾ ਮੁੱਲ ਲੱਗਣਾ? ਆਪ ਨੇ ਫਰਮਾਇਆ, ਦੱਸ ਕਿੱਥੇ ਤੈਨੂੰ ਭੇਜਿਆ? ਯਾ ਹਜ਼ਰਤ, ਮੈਨੂੰ ਹਿੰਦੁਸਤਾਨ ਦੀਆਂ ਪਹਾੜੀਆਂ 'ਚ ਭੇਜਦੇ, ਇਹ ਮੁਲਕ ਸ਼ਾਮ ਦੀ ਗੱਲ ਹੈ, ਮੈਨੂੰ ਹਿੰਦੁਸਤਾਨ ਦੀਆਂ ਪਹਾੜੀਆਂ 'ਚ ਭੇਜਦੇ। ਅੱਲਾ ਨੇ ਹਵਾ ਨੂੰ ਹੁਕਮ ਦਿੱਤਾ ਕਿ ਜਾ ਮੇਰੇ ਮਹਬੂਬ ਦੀ ਦੁਆ ਕਬੂਲ ਫਰਮਾ, ਇਸ ਬੰਦੇ ਨੂੰ ਹਿੰਦੁਸਤਾਨ ਦੀਆਂ ਪਹਾੜੀਆਂ ਵਿੱਚ ਲੈ। ਉਹ ਲੈ ਗਿਆ, ਮਲਕਲ ਮੌਤ ਅੱਗੇ ਉੱਥੇ ਬੈਠਾ ਹੈ, ਉਹਦਾ ਇੰਤਜ਼ਾਰ ਪਿਆ ਕਰਦਾ, ਉਹਦੀ ਜਾਨ ਕਬਜ਼ ਕਰ ਲਈ। ਦੂਏ ਦਿਨ ਮਲਕਲ ਮੌਤ ਫਿਰ ਗਿਆ ਉੱਥੇ ਹਜ਼ਰਤ ਸੁਲੇਮਾਨ ਅਲੈਹਿਸ ਸਲਾਮ ਦੇ ਖਿਤਾਬ ਸੁਣਨ ਵਾਸਤੇ। ਸੁਲੇਮਾਨ ਅਲੈਹਿਸ ਸਲਾਮ ਨੇ ਫਰਮਾਇਆ, ਉਹ ਕੱਲ੍ਹ ਤੂੰ ਇੱਕ ਬੰਦੇ ਨੂੰ ਬੜੇ ਗੌਰ ਨਾਲ ਵੇਖਣਾ ਹੈ, ਕੀ ਗੱਲ ਹੈ? ਅਰਜ਼ ਕਰਦੇ ਨੇ, ਯਾ ਹਜ਼ਰਤ, ਉਸ ਬੰਦੇ ਦੀ ਜਾਨ ਲਵਣ ਦਾ ਹੁਕਮ ਮੈਨੂੰ ਆ ਹਿੰਦੁਸਤਾਨ ਦੀਆਂ ਪਹਾੜੀਆਂ 'ਚ, ਉਹ ਬੈਠਾ ਇੱਥੇ ਮੁਲਕ ਸ਼ਾਮ ਵਿੱਚ, ਮੌਤ ਤਾਂ ਕਰੀਬ ਆਈ ਖੜੀ ਹੈ, ਅਤੇ ਜਿੱਥੇ ਮੈਨੂੰ ਹੁਕਮ ਹੁੰਦਾ ਮੈਂ ਤਾਂ ਉੱਥੇ ਜਾਨ ਕਬਜ਼ ਕਰਨੀ। ਮੈਂ ਸੋਚਦਾ ਤੂੰ ਦਿਲ ਵੇਖਦਾ ਵੀ ਇਹ ਕਿਵੇਂ ਅਪੜੇਗਾ ਉੱਥੇ? ਫਿਰ ਸੁਲੇਮਾਨ ਅਲੈਹਿਸ ਸਲਾਮ ਨੇ ਫਰਮਾਇਆ, ਉਹ ਵਕਤ ਆਇਆ। ਆਖੇ ਜੀ, ਉਹ ਵਕਤ ਆਇਆ, ਉਹ ਬੰਦਾ ਪਹੁੰਚ ਗਿਆ। ਉਸ ਬੰਦੇ ਨੇ ਅਰਜ਼ ਕੀਤੀ, ਫਰਿਸ਼ਤੇ ਨੇ, ਯਾ ਹਜ਼ਰਤ, ਉਹ ਪਹੁੰਚ ਗਿਆ। ਬੰਦਾ ਆਪ ਹੀ ਦੁਆ ਮੰਗ ਲੈਂਦਾ, ਕਿਵੇਂ ਬਚ ਸਕਦਾ? ਅੱਲਾ ਨੇ ਫਰਮਾਇਆ, ਕੁੱਲੋ ਨਫਸ ਨੇ ਜ਼ਾਇਕਾ ਤੁਲ ਮੌਤ। ਬਸ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸਾਂ ਇੱਕ ਦਿਨ ਮਰ ਜਾਣਾ। ਕੁਝ ਜ਼ਬਾਨ ਨਾਲ ਆਖਦੇ ਨੇ, ਕੁਝ ਦਿਲ ਨਾਲ ਆਖਦੇ। ਜਿਹੜੇ ਦਿਲ ਨਾਲ ਆਖਦੇ ਨੇ ਉਹ ਇੱਥੇ ਦਿਲ ਲਾਉਂਦੇ ਨੇ, ਉਹਨਾਂ ਨੂੰ ਪਤਾ ਮਰ ਜਾਣਾ। ਜਿਵੇਂ ਅਸੀਂ ਕਿਤੇ ਪਰਾਉਣ ਜਾਂਦੇ ਹਾਂ ਕਿ ਅਸੀਂ ਉੱਥੇ ਪਹਿਲਾਂ ਟਾਇਲ ਪੱਥਰ ਲਾਉਣ ਲੱਗ ਪਾਉਂਦੇ ਹਾਂ, ਪਲਸਤਰ ਕਰਨੇ ਹਾਂ ਅਸੀਂ, ਸਾਨੂੰ ਪਤਾ ਹੈ ਯਾਰ ਅਸੀਂ ਰਾਤ ਦੀ ਰਾਤ ਹੈ, ਸਾਡਾ ਤਾਂ ਘਰ ਹੀ ਨਹੀਂ। ਜਿਹਨੂੰ ਤੂੰ ਆ ਜ਼ਮਾਨਾ ਹੈ ਮੇਰਾ ਘਰ ਹੈ, ਉਹ ਤਾਂ ਤੇਰਾ ਘਰ ਹੈ ਹੀ ਨਾ। ਜਿਹਨੂੰ ਮੈਂ ਆਖਦਾ ਪਿਆ ਮੇਰਾ ਘਰ ਹੈ, ਉਹ ਮੇਰਾ ਤਾਂ ਹੈ ਹੀ ਨਾ। ਪਤਾ ਤਾਂ ਉਦੋਂ ਲੱਗਣਾ ਕਿ ਤੇਰਾ ਘਰ ਹਾ ਕਿਹੜਾ। ਇਨਸਾਨ ਦਾ ਅਸਲ ਘਰ ਕਬਰ ਹੈ। ਜੀਮ ਜਿਉਂਦੇ ਕੀ ਜਾਣਨ ਸਾਰ ਮੋਇਆਂ ਦੀ, ਸੋ ਜਾਣੇ ਜੋ ਮਰਦਾ ਹੋ, ਕਬਰਾਂ ਦੇ ਵਿੱਚ ਅੰਨ ਨਾ ਪਾਣੀ, ਉੱਥੇ ਖਰਚ ਲੁੜੀਂਦਾ ਘਰ ਦਾ ਹੋ, ਇੱਕ ਵਿਛੋੜਾ ਮਾਂ ਪਿਓ ਭਾਈਆਂ, ਦੂਜਾ ਅਜ਼ਾਬ ਕਬਰ ਦਾ ਹੋ, ਮੈਂ ਕੁਰਬਾਨ ਤੇ ਨਾ ਥੀ ਬਾਹੂ, ਜਿਹੜਾ ਰੱਬ ਅੱਗੇ ਸਰ ਦਰਦਾ। ਅੱਲਾ ਦੀ ਜ਼ਾਤ ਨੇ ਬੰਦੇ ਨੂੰ
बनाया है ए नफस ते रूह ना, दो चीज़ों का मुरक्कब बनता। ये दोवें आपस अंदर दुश्मन ने। जेड़ा काम रूह आती है ना वो नफस को पसंद नहीं, जेड़ा नफस आता है वो रूह को पसंद नहीं। इन्हां दी कशमकश लगी रहती। जेड़ा ताकतवर हो जाता है वो फिर अपना काम मना लेंदा। तेरा दिल करता नमाज पढ़न नूं, वो केड़ी शाय जिहड़ी तैनूं रोकदी? वो नफस ही तां है। जेड़ा तू नेकी करन लगना है ते तैनूं रोकदी रुकावट बनदी वो केड़ी शाय है? नफस ही है। ते जेड़ी धक्के नाल जबरदस्ती तैनूं लै के जाती है नमाज पढ़न नेक काम करन, तो वो की शाय है? वो है रूह। जदों ज़ारा तौर पर बंदा बीमार हो जाता है तो यह ज़ारा डॉक्टर को जाता है, बुखार होने का बार रोटी में दिल नहीं करता। हूँ तो डॉक्टर पूछता यार कड़े डॉक्टर को जाऊँ? मेरा भाई जदों नमाज में दिल नहीं करता तो यह भी तो बीमारी है नहीं। जदों तेरे को गुनाह नहीं छुटते तो यह भी तो बीमारी है नहीं। हुक्का सिगरट झूठ मुफ्त दे गुनाह खरीदा, इन्हों का इलाज हो सकता है। ऐसा ना होवे कि इस तरह जावे दुनिया तो कब्र तेनों मार पवे। किवें औखा पैसा कमाया जाता? मैनू दुनिया का कमां का तो पता नहीं, ये मिस्त्री केड़ा औखा पैसा कमाते हैं। ये भी अपने हाथों नाल अग लाउंदे ने अपनी दौलत। जिस वक्त डॉक्टर को जाएगा तो फिर वो इनका इलाज करेगा तो फिर ये रोटी खाने लग पवेगा। पहले तो दुध पींदा ना, आंदा नहीं दुध कौड़ा है मैं नहीं पीना। दुध कौड़ा होंदा, उनके मुँह का जायका खराब है। जे सानू नेकियां चंगियां नहीं ना लगदियां तो बे साड़ी ये बात नहीं बीमारी नहीं। या मरीज अल बातिन अलैक बिद्दवा ला यकूनु हाज़िहि दवा इल्ला इंद सुहालहीन, ऐ बातन दे मरीज तेरे ते लाजम है कि अपना इलाज करा। ये दवा कित्थों मिलेगी? हर मौलवी दे वास्ते रोग ने, हर आलम दे वास्ते रोग ने। उन लोगों के पास जा जिनकी खुदा के साथ सुलह हो चुकी है। सालहीन लोगों को जा, चंगियां दे संग रलियां मेरे झोली फुल पे, बुरियां दे संग रलियां मेरे अगले भी डुल गए। चोरां कोल बह के आलम तो नहीं बन जाऊंगा, चोरां कोल बह के जी जेल च ना गयो तो थाने के रस्ते का वाकफ हो जाऊंगा। जे चंगे बंदियां कोल जांदा रहेगा वो तेनू जन्नत दे राह ते ला देना। यक जमाना सोहबते बा औलिया बेतर सदसाला आता ते बेरिया, अल्लाह वालों की सोहबत एक घड़ी की सोहबत सौ साल की बेरिया इबादत से अफजल। इनके सोहबत मुर्दा को जिंदा करे, जिंदा ऐसा हो न हरगज फिर मरे। इन्हां दी सोहबत ये दिल नूं जिंदा कर दिंदी। सौ साल बंदा इबादत करता रहे तो जरूरी नहीं कि उनका दिल भी जिंदा हो जाए। इबादत भी करता है गुनाह भी करता है। जिंदा दिल जिंदा हो जाएगा ये कब्र च भी जिंदा रहना। चूं दिल जिंदा शवद हरगज न मीरद, चूं जिंदा गश्त ख्वाब शम न गिरद। जब दिल जिंदा हो जाता है फिर इसको मौत भी नहीं आती और नींद भी नहीं आती। ये औलिया कराम की सोहबत च होंदा है। किताबां जितनी मर्जी पढ़ लो, पढ़ पढ़ आलम बन गयो तोता, पढ़ पढ़ इलम ते बन गयो तोता,
ਜਿਵੇਂ ਨਾਲ ਕਿਤਾਬਾਂ ਲੱਦਿਆ ਖੋਤਾ, ਗਧੇ ਉੱਤੇ ਕਿਤਾਬਾਂ ਰੱਖ ਦਿਓ, ਉਹਨੂੰ ਕੀ ਫਾਇਦਾ ਹੋ? ਜੇ ਬਦ ਅਮਲ ਹੈ ਆਲਮ ਬਦ ਅਮਲ ਇੰਜੀਏ ਜਿਵੇਂ ਊਂਠ ਉੱਤੇ ਵਜ਼ਨ ਲੱਦਿਆ ਹੈ, ਬਦ ਅਮਲ ਆਲਮ ਇੰਜੀਏ ਜਿਵੇਂ ਗਧੇ ਉੱਤੇ ਕਿਤਾਬਾਂ ਲੱਦੀਆਂ, ਸਿਵਾਏ ਵਜ਼ਨ ਦੇ ਉਹਨੂੰ ਕੋਈ ਅਸਰ ਵੀ ਨਹੀਂ ਹੋਵੇ। ਦੋਸਤੋ, ਆਪਣੀ ਬਿਮਾਰੀ ਦਾ ਇਲਾਜ ਕਰਾ ਲਓ। ਜ਼ਾਰਾ ਡਾਕਟਰ ਜਿਹੜੇ ਨੇ ਉਹ ਸਾਰੇ ਚੰਗੇ ਨੇ? ਅੱਧਿਆਂ ਨਾਲੋਂ ਜ਼ਿਆਦਾ ਤੋਂ ਜਾਲੀ ਡਾਕਟਰ ਨੇ, ਅਤੇ ਰੂਹਾਨੀ ਡਾਕਟਰ ਵੀ ਇੰਜ ਨੇ। ਸਾਰੇ ਪੀਰ ਚੰਗੇ ਨਹੀਂ ਹੈ। ਪੀਰ ਕਿਉਂ ਪਕੜਦੇ ਹੋ? ਅਸੀਂ ਨਮਾਜ਼ੀ ਬਣ ਜਾਵੇ? ਜਿਹੜੇ ਪੀਰ ਨਹੀਂ ਪਕੜਦੇ ਉਹ ਕਿਉਂ ਪੜ ਲੈਂਦੇ ਨੇ? ਅਸੀਂ ਦਾੜੀ ਰੱਖ ਲਈ। ਜਿਹੜੇ ਪੀਰ ਨਹੀਂ ਪਕੜਦੇ ਉਹਨਾਂ ਦੀਆਂ ਤਾਂ ਵੱਡੀਆਂ ਹੁੰਦੀਆਂ ਨੇ ਤੁਹਾਡੇ ਨਾਲ, ਤਾਂ ਜਦ ਗੁਜ਼ਾਰ ਹੋ ਜਾਵੇ। ਜਿੰਨਾ ਪੀਰ ਨਹੀਂ ਪਕੜਿਆ ਆ ਉਹ ਵੀ ਤਜਤਾਂ ਪੜ ਲੈਂਦੇ ਨੇ। ਪੀਰ ਕਿਉਂ ਪਕੜਨਾ? ਪੀਰ ਪਕੜਨਾ ਹੈ ਸਾਡੇ ਕੋਲ ਗੁਨਾਹ ਛਡਾ ਦੇਵੇ। ਜਿਹੜਾ ਆਪ ਕਰਦਾ ਉਸ ਤੁਹਾਡੇ ਕੋਲ ਕੀ ਛਡਾਉਣਾ? ਜਿਹੜਾ ਆਪ ਮੰਗਦਾ ਬੰਦਾ ਉਸ ਤੁਹਾਨੂੰ ਦੇਣਾ ਕੀ? ਆਪ ਬਾਬਾ ਮੰਗਤਾ ਦਰ ਖੜੇ ਦਰਵੇਸ਼, ਅੱਗੇ ਨਿੱਕੇ ਨਿੱਕੇ ਬੱਚੇ ਨੇ, ਅੱਗੇ ਡੰਗ ਔਖਾ ਪਾ ਲੱਗਦਾ, ਅਤੇ ਤੂੰ ਇੱਕ ਮੰਗਤਾ ਪੀਰ ਪਕੜ ਲਿਆ। ਇੱਕ ਮੁਸੀਬਤ ਹੋਰ ਗੱਲ ਪਾ ਲਈ, ਪਾਣੀ ਪੀ ਵੀਏ ਪੁਣ ਕੇ ਅਤੇ ਮੁਰਸ਼ਦ ਪਕੜੀਏ ਚੁਣ ਕੇ। ਕਿਵੇਂ ਚੁਣਨਾ? ਸ਼ੇਖ ਸਾਹਿਬ ਜੀ ਫਰਮਾਉਂਦੇ ਨੇ, ਖਲਾਫੇ ਪੈਗੰਬਰ ਕਸੇਰਾ ਗੁਜ਼ੀਰ, ਕਿ ਹਰਗਿਜ਼ ਬਮਨਜ਼ਲ ਨਾ ਖਾਹਦ ਰਸੀਦ। ਉਹ ਜਿਹੜਾ ਨਬੀ ਕਰੀਮ ਦੇ ਤਰੀਕੇ ਤੋਂ ਬਾਹਰ ਹੈ ਉਹ ਭਾਵੇਂ ਜਿਹੜਾ ਮਰਜ਼ੀ ਦਾਅਵੇ ਕਰਦਾ ਬੰਦਾ ਹੋਵੇ ਉਹਦੇ ਕੋਲ ਕੁਝ ਵੀ ਨਹੀਂ। ਜੇ ਕਿਸੇ ਆਖਿਆ ਆਹ ਧਾਗਾ ਬੰਨ ਲਵੇਂ ਨਾ ਤਾਂ ਤੇਰੀਆਂ ਮੁਸ਼ਕਲਾਂ ਆਸਾਨ ਹੋ ਜਾਣ, ਉਹ ਧਾਗੇ ਹਿੰਦੂ ਵੇਚਦੇ ਪਏ। ਸਹਿਮਨ ਸ਼ਰੀਫ ਕਈਆਂ ਨੌਜਵਾਨਾਂ ਨੇ ਉਹ ਲੈ ਕੇ ਬੰਨ ਲਏ। ਜੇ ਕਿਸੇ ਆਖਿਆ ਲਿਆਓ ਮੈਂ ਤੁਹਾਡੀ ਰਕਮ ਦੁੱਗਣੀ ਕਰ ਦੇਵਾਂ, ਲਾਲਚੀ ਬੰਦੇ ਦੀ ਅਕਲ 'ਤੇ ਪਰਦਾ ਹੁੰਦਾ। ਮੈਂ ਆਪਦੇ ਸੋਚਦਾ ਪਿਆ, ਜੇ ਮੈਂ ਪੈਸੇ ਦੁੱਗਣੇ ਕਰ ਲੈਂਦਾ ਹੋਵਾਂ ਮੈਨੂੰ ਮਾਲੀਆ ਖੋਲੀਆ ਮੈਂ ਲੋਕਾਂ ਨੂੰ ਦੱਸਦਾ ਫਿਰਾਂ? ਮੈਂ ਆਪ ਹੀ ਕਰਦਾ ਰਹਾਂਗਾ, ਆਪਣੀਆਂ ਕੋਠੀਆਂ ਬਣਾਉਂਦਾ ਰਹਾਂ। ਜਿਹੜਾ ਤੈਨੂੰ ਦੱਸਦਾ ਪਿਆ ਨਾ, ਇਹਦੇ ਵਿੱਚ ਕੋਈ ਹੋਰ ਰਾਜ਼ ਹੈ। ਥਣ ਛੱਡ ਕੇ ਭੂਸ਼ਲ ਪਕੜ ਲਓ, ਥਣ ਤਾਂ ਨਿੱਕੇ ਨਿੱਕੇ ਨੇ ਅਤੇ ਭੂਸ਼ਲ ਤਾਂ ਲੰਬਾ ਹੈ, ਥਣ ਵਿੱਚੋਂ ਦੁੱਧ ਆ ਜਾਵੇਗਾ, ਭੂਸ਼ਲ 'ਚ ਦੁੱਧ ਆ ਜਾਵੇਗਾ। ਦੁੱਧ ਤਾਂ ਜਦੋਂ ਆਉਣਾ ਥਣਾਂ ਵਿੱਚੋਂ, ਰੋਜ਼ੀ ਜਦੋਂ ਦੇਣੀ ਅੱਲਾਹ ਦੀ ਜ਼ਾਤ ਦੇਣੀ। ਬੇਈਮਾਨੀਆਂ ਕਰਕੇ ਵੇਖ ਲਓ, ਫਰਾਡ ਕਰਕੇ ਵੇਖ ਲਓ, ਦੁੱਧ 'ਚ ਪਾਣੀ ਪਾ ਕੇ ਵੇਖ ਲਓ, ਰੋਜ਼ੀ ਅੱਲਾਹ ਆਉਂਦੇ ਵੀ ਹਾਂ ਯਾਰ ਅਸੀਂ, ਮੁੜ ਸਾਡਾ ਈਮਾਨ ਕਮਜ਼ੋਰ। ਪਰਿੰਦਿਆਂ ਦਾ ਤਵੱਕਲ ਖੁਦਾ 'ਤੇ ਕਿਤਨਾ ਹੈ, ਬਰ ਤਵੱਕਲ ਗਰਬ ਵਧ ਫੈ ਰੋਜ਼ੀਅਤ ਹੱਕ ਦਹਿਦਮਾਂ ਨਿੰਦ ਮੁਰਗਾਂ ਰੋਜ਼ੀਅਤ। ਔਰ ਜਿਵੇਂ ਪਰਿੰਦੇ ਖੁਦਾ 'ਤੇ ਭਰੋਸਾ ਕਰਦੇ ਨੇ ਇੰਝ ਕੀਤਾ ਕਰ। ਕਿਸੇ ਪਰਿੰਦੇ ਦਾ ਕਦੇ ਗੁਦਾਮ ਵੇਖਿਆ? ਬੜੋਲੇ ਵੇਖੇ? ਪੇਟ ਤਾਂ ਹੁੰਦਾ ਹੈ, ਬੱਚੇ ਵੀ ਹੁੰਦੇ ਨੇ, ਉਹ ਮੁੜ ਕਿਵੇਂ ਖਾਂਦੇ ਨੇ? ਸੁਬਹ ਖਾਲੀ ਪੇਟ ਉੱਠਦੇ ਨੇ ਅਤੇ ਸ਼ਾਮ ਪੇਟ ਭਰ ਕੇ ਸੌਂਦੇ ਨੇ। ਕਈਆਂ ਪਰਿੰਦਿਆਂ ਦੀ ਖੁਰਾਕ ਹੈ ਹੀਰੇ ਅਤੇ ਮੋਤੀ। ਇੱਕ ਹੀਰਾ ਇੱਕ ਮੋਤੀ ਕਿਹੜਾ ਕੀਮਤੀ? ਸੁਬਹ ਖਾਲੀ ਪੇਟ ਉੱਠਦੇ ਨੇ ਅਤੇ ਰਾਤ ਪੇਟ ਭਰ ਕੇ ਸੌਂਦੇ ਨੇ। ਉਹਨਾਂ ਨੂੰ ਵੇਖ ਲਓ,
ਬੱਕਰੀ ਅੱਗੇ ਹਲਵਾ ਰੱਖੋ ਤਾਂ ਖਾ ਲੈਂਦੀ। ਸ਼ੇਰ ਭੁੱਖਾ ਮਰ ਜਾਸੇ ਘਾਸ ਨਹੀਂ ਖਾਂਦਾ। ਘੋੜੇ ਲਿੱਦ ਖਾਂਦੇ ਨੇ। ਤੂੰ ਕੀ ਹੋ ਜਾ ਇਨਸਾਨ ਹੈ, ਤੈਨੂੰ ਅੱਲਾ ਆਉਂਦਾ ਪਿਆ ਰੋਜ਼ੀ ਤੈਨੂੰ ਮੈਂ ਦੱਸਾਂ। ਘੋੜਾ ਲਿੱਦ ਨਹੀਂ ਖਾਂਦਾ, ਸ਼ੇਰ ਗਾਹ ਨਹੀਂ ਖਾਂਦਾ, ਕੋਈ ਪਰਿੰਦਾ ਕਿਸੇ ਦਾ ਹੱਕ ਨਹੀਂ ਖਾਂਦਾ, ਅਤੇ ਤੂੰ ਸਭ ਕੁਝ ਦਲੀ ਜਾਂਦਾ। ਜਦੋਂ ਕਬਰਾਂ ਦੇ ਵਿੱਚ ਜਾਸੇ ਤੂੰ, ਪਿਆ ਰੋਸੇ ਅਤੇ ਗਮ ਖਾਸੇ ਤੂੰ, ਇਹਨਾਂ ਵੇਲਿਆਂ 'ਤੇ ਪਛਤਾਸੇ ਤੂੰ, ਨੇਕੀ ਕਮਾ ਅੱਜ ਵਕਤ ਹੈ। ਅੱਜ ਦੋਸਤੋ ਵਕਤ ਹੈ, ਇਹੋ ਦੇ ਕਮਾਈ ਦੇ। ਜਿਸ ਮਰ ਜਾਵੇਗਾ ਤੂੰ ਆਪਣੇ ਪਿਓ ਨੂੰ ਪੜ੍ਹ ਕੇ ਬਖਸ਼ਣਾ, ਮਾਂ ਨੂੰ ਪੜ੍ਹ ਕੇ ਬਖਸ਼ਣਾ, ਦਾਦੀ ਦਾਦਾ ਵੇਖ ਕੋਈ ਹੈ ਇਤਨੇ ਮਹਿਫਲ 'ਚ ਜਿਹੜਾ ਪੜ੍ਹ ਕੇ ਬਖਸ਼ਦਾ ਹੋਵੇਗਾ? ਮੈਂ ਇਹ ਨਹੀਂ ਆਉਂਦਾ ਸਾਰੇ ਨਹੀਂ ਬੜ ਬਖਸ਼ਦਾ, ਕੋਈ ਹੋਵੇ। ਇਹ ਤਾਂ ਮੁੜ ਤੂੰ ਆਪ ਇਹੋ ਸਬਕ ਹੀ ਸਿੱਖ ਲਿਆ। ਹੁਣ ਤੂੰ ਕਮਾਊ ਪੁੱਤਰ ਬਣਿਆ ਬੈਠ, ਮਗਰੋਂ ਲੋਕ ਆਖਣ ਜੀ ਉਸ ਬੜੀ ਕਮਾਈ ਕੀਤੀ ਹੈ, ਬੜੀ ਕਮਾਈ ਕੀਤੀ ਉਸ ਆਪਣੇ ਵਾਸਤੇ ਉਸ ਕੁਝ ਨਾ ਕੀਤਾ। ਜਦੋਂ ਜਨਾਜ਼ਾ ਦਾ ਐਲਾਨ ਹੋਇਆ ਉਹ ਘਰਦਿਆਂ ਗੁੱਟ ਕੇ ਮੂੰਹ ਬੰਨ ਛੱਡਿਆ, ਹੁਣ ਇਹਨੂੰ ਪਤਾ ਲੱਗਾ ਇਹ ਤਾਂ ਮੇਰਾ ਘਰ ਹੀ ਨਾ, ਮੇਰਾ ਘਰ ਤਾਂ ਕਬਰ ਆ, ਉੱਥੋਂ ਵਾਸਤੇ ਤਾਂ ਮੈਂ ਭੇਜੀ ਕੁਝ, ਉੱਥੋਂ ਦੇ ਭੇਜਣ ਵਾਸਤੇ ਨੇਕੀਆਂ ਨੇ। ਉਹ ਪੀਰ ਕਾਮਲ ਇਲਾਜ ਕਰਦਾ ਹੈ, ਬੰਗ ਪੀਵਣ ਵਾਲਾ ਕੀ ਕਰੇਗਾ, ਔਰਤਾਂ ਤੋਂ ਲੱਤਾਂ ਕੁਟਾਵਣ ਵਾਲਾ ਕੀ ਕਰੇਗਾ, ਬੇਨਿਮਾਜ਼ੀ ਕੀ ਕਰੇਗਾ। ਸ਼ੇਖ ਸਾਹਿਬ ਜੀ ਫਰਮਾਉਂਦੇ ਨੇ ਪੀਰ ਉਹ ਹੁੰਦਾ ਹੈ ਜਿਹੜਾ ਨਬੀ ਕਰੀਮ ਦੇ ਤਰੀਕੇ 'ਤੇ ਚੱਲੇ। ਨਬੀ ਕਰੀਮ ਹੁੱਕਾ ਸਿਗਰਟ ਪੀਂਦੇ ਹਨ, ਨਬੀ ਕਰੀਮ ਨਿਮਾਜ਼ ਛੱਡਦੇ ਹੁੰਦੇ ਹਨ, ਆਪਦੇ ਪੈਰ ਸੁੱਜ ਜਾਂਦੇ ਹੁੰਦੇ ਹਨ। ਅੱਲਾਹ ਨੇ ਫਰਮਾਇਆ ਐ ਮੇਰਾ ਮਹਿਬੂਬ ਇਤਨੀ ਸ਼ਫਕਤ ਕਰੇ, ਇਤਨੀ ਤਕਲੀਫ ਕਿਉਂ ਕਰਨਾ। ਰਾਤ ਦਾ ਕੁਛ ਹਿੱਸਾ ਜਾਂ ਕੁਛ ਨਾਲੋਂ ਮੈਂ ਚੌਥਾ ਹਿੱਸਾ, ਯਾਨੀ ਪਿਛਲੀ ਰਾਤ ਉੱਠ ਬੈਠਾ ਕਰ, ਰਾਤ ਆਰਾਮ ਕੀਤਾ ਕਰ। ਅੱਲਾਹ ਆਖਿਆ ਤਾਂ ਫਿਰ ਆਰਾਮ। ਹੁਣ ਕੋਈ ਸਾਨੂੰ ਆਉਂਦਾ ਮੇਰੀ ਨਿਮਾਜ਼ ਦਿਲ ਦੀ ਹੁੰਦੀ, ਅਤੇ ਇਹ ਲੋਕ ਮੁਰੀਦ ਬੜਾ ਰਾਜ਼ੀ ਹੁੰਦੇ ਨੇ, ਉਹ ਫਿਰ ਮੌਲਵੀਆਂ ਦੇ ਖਿਲਾਫ ਬੋਲਦੇ ਨੇ। ਇਹ ਤਾਂ ਮੌਲਵੀਆਂ ਦੇ ਮਸਲੇ ਨੇ, ਇਹ ਤੇਰੇ ਪਿਓ ਦਾ ਨਿਕਾਹ ਕਿਵੇਂ ਪੜਿਆ, ਕਿਸੇ ਮੌਲਵੀ ਪੜਿਆ ਨਾ। ਜਦੋਂ ਮਰਨਾ ਹੈ ਕਦੇ ਕਿਸੇ ਬੰਗੀ ਪੋਸਤੀ ਨੂੰ ਵੀ ਆਉਂਦਾ ਜੁਮਾ ਪੜਾਏ ਜਨਾਜ਼ਾ ਪੜਾਓ, ਉਹਨਾਂ ਨੂੰ ਮੁੜ ਵੀ ਨਹੀਂ ਪਤਾ ਲੱਗਦਾ। ਅਸੀਂ ਲੋਕਾਂ ਨੂੰ ਕਿਉਂ ਖਰਾਬ ਕਰਨੇ ਆ, ਆਪਣਾ ਕੋਈ ਮਰ ਜਾਂਦੇ ਨਾ ਤਾਂ ਮੌਲਵੀ ਲਿਆ ਕੇ ਜਨਾਜ਼ਾ ਪੜਾਉਂਦੇ, ਅਤੇ ਉਂਝ ਮੌਲਵੀਆਂ ਦੇ ਖਿਲਾਫ ਰਹਿੰਦੇ। ਮੌਲਵੀਆਂ ਦੀ ਇੱਜ਼ਤ ਕਰੋ, ਆਲਮਾਂ ਦੀ ਇੱਜ਼ਤ ਕਰੋ, ਮਾਂ ਬਾਪ ਦੀ ਇੱਜ਼ਤ ਕਰੋ, ਆਪ ਤੋਂ ਵੱਡਿਆਂ ਦੀ ਸਾਰਿਆਂ ਦੀ ਇੱਜ਼ਤ ਕਰੋ, ਬਰਦਾਸ਼ਤ ਦਾ ਮਾਦਾ ਹਾਸਲ ਕਰੋ। ਜਦੋਂ ਅਜ਼ਾਨ ਸੁਣੋ ਖੇਡ ਛੱਡ ਦਿਓ ਤਾਂ ਮਸੀਹ 'ਤੇ ਆ ਜਾਓ, ਆਦਤ ਪਾਓਗੇ ਤਾਂ ਪਵੇਗੀ। ਮੇਰੇ ਆਕਾ ਨੇ ਫਰਮਾਇਆ ਤਿੰਨਾਂ ਕੰਮਾਂ ਵਿੱਚ ਜਲਦੀ ਕਰਿਆ ਕਰੋ। ਕਿਹੜੇ ਕਿਹੜੇ ਕੰਮ? ਜਦੋਂ ਅਜ਼ਾਨ ਹੋਵੇ ਤਾਂ ਨਿਮਾਜ਼ ਜਲਦੀ ਪੜ੍ਹੋ। ਆਪ ਨੇ ਤਾਂ ਫਰਮਾਇਆ ਮਸੀਹ 'ਤੇ ਜਲਦੀ ਜਾਓ, ਮਕਸਦ ਇਹ ਨਿਮਾਜ਼ ਪੜ੍ਹੋ ਜਲਦੀ। ਦੂਆ, ਜਿਸ ਵਕਤ ਕਿਸੇ ਦੀ ਬੱਚੀ ਜਵਾਨ ਹੋ ਜਾਵੇ ਉਹਦੀ ਸ਼ਾਦੀ ਜਲਦੀ ਕਰੋ। ਤੀਸਰਾ, ਜਦੋਂ ਕੋਈ ਮਰ ਜਾਵੇ ਉਹਦੇ ਜਨਾਜ਼ੇ ਵਿੱਚ ਜਲਦੀ ਰੱਖ ਕੇ ਬੈਠੇ ਰਹਿੰਦੇ ਨੇ, ਇਹਦਾ ਜੀ ਪੁੱਤਰ ਅਮਰੀਕਾ 'ਚ ਆਉਣਾ ਹੈ, ਉਸ ਕੀ ਕਰਨਾ ਆਉਣਾ, ਉਹਨੂੰ ਤਾਂ ਗੁਸਲ ਦੇ ਫਰਜ਼ ਵੀ ਨਹੀਂ ਆਉਂਦੇ, ਉਹ ਤਾਂ ਸਾਰੀ ਉਮਰ ਪਲੀਤ ਰਿਹਾ।
ਨਵਾ ਕੇ ਬੈਠੇ ਹੋਏ ਮੁਰਦੇ ਨੂੰ ਇਹ ਆਣ ਕੇ ਬੇਨਿਮਾਜ਼ੀ ਉਹਨੂੰ ਹੱਥ ਲਾਵੇਗਾ। ਬੇਨਿਮਾਜ਼ ਕੋਲੋਂ ਮੁਰਦਾ ਇੰਜ ਪਰਹੇਜ਼ ਕਰਦਾ ਹੈ ਜਿਵੇਂ ਅਸੀਂ ਕੁੱਤੇ ਕੋਲੋਂ ਕਰਨੇ ਹਾਂ। ਉਹ ਹੱਲ ਨਹੀਂ ਸਕਦਾ, ਉਹ ਕੁਝ ਆਖ ਨਹੀਂ ਸਕਦਾ। ਬੇਨਿਮਾਜ਼ੀ ਨੂੰ ਰੋਕਿਆ ਕਰੋ ਕਿ ਮੁਰਦੇ ਨੂੰ ਕਬਰ 'ਚ ਨਾ ਰੱਖੇ, ਭਾਵੇਂ ਉਹਦਾ ਪੁੱਤਰ ਹੋਵੇ ਭਾਵੇਂ। ਇਹ ਮੁਰਦੇ ਦਾ ਫਾਇਦਾ ਤਾਂ ਇਹ ਗੁਸਲ ਦੇਣ ਵਾਲਾ ਬੇਨਿਮਾਜ਼ੀ, ਅੰਦਰ ਰੱਖਣ ਵਾਲਾ ਬੇਨਿਮਾਜ਼ੀ। ਅੱਲਾਹ ਨੂੰ ਪਤਾ ਉਸ ਵਿਚਾਰੇ ਨੂੰ ਕਿਹੜੀ ਸਜ਼ਾ ਮਿਲਦੀ ਪਈ। ਉਹਦਾ ਦਿਲ ਤਹਾ ਕਿ ਮੈਨੂੰ ਕੋਈ ਨਿਮਾਜ਼ੀ ਗੁਸਲ ਦਿੰਦਾ। ਸਾਰੀ ਜ਼ਿੰਦਗੀ ਵਿੱਚ ਪੋਤਰ ਤਾਂ ਨਿਮਾਜ਼ੀ ਬਣਾਇਆ ਕੋਈ ਨਹੀਂ, ਕੋਈ ਹੈ ਜੀ ਮਾ ਜਾਵੇ। ਚੌਧਰੀ ਸਾਹਿਬ ਦਾ ਐਲਾਨ ਹੋਇਆ ਤਾਂ ਵੱਡੇ ਵੱਡੇ ਲੋਕ ਆ ਗਏ ਕਾਰਾਂ 'ਤੇ ਗੱਡੀਆਂ 'ਤੇ, ਲੋਕਾਂ ਆਖਿਆ ਜੀ ਬੜਾ ਜਨਾਜ਼ਾ, ਕੀ ਫਾਇਦਾ। ਬਾਜ ਇਮਾਨੂ ਮਰੇ ਨਾ ਡੋਈ, ਬਾਵੇਂ ਪੜੀਏ ਲੱਖ ਜਨਾਜ਼ੇ। ਗਰੀਬਾਂ ਦੇ ਜਨਾਜ਼ੇ ਨਾਲ ਤਾਂ ਨਿਮਾਜ਼ੀ ਬੰਦੇ ਜਾਂਦੇ, ਅਤੇ MP MNA ਕੋਈ ਮਰ ਜਾਵੇ ਪਤਾ ਨਹੀਂ ਕਿਤੇ ਨਹੀਂ ਖਲਕਤ ਹੁੰਦੀ। ਅਤੇ ਜਿਤਨੀ ਵੀ ਖਲਕਤ ਹੋਵੇ ਉਹਨਾਂ ਵਿੱਚ ਜਿਹੜੇ 5 ਵਕਤ ਨਮਾਜ਼ ਪੜ੍ਹਦੇ ਨੇ ਉਹਨਾਂ ਦੇ ਜਨਾਜ਼ੇ ਦਾ ਫਾਇਦਾ ਉਹਨੂੰ ਹੋ ਸਕੇ। ਦੂਏ ਤਾਂ ਘਰਦਿਆਂ ਨੂੰ ਮੂੰਹ ਵਿਖਾਵਣ ਆਏ ਨੇ, ਕਦੇ ਯਾਰ ਕੰਮ ਪੈ ਜਾਂਦਾ ਉਹਦੇ ਪੋਤਰ ਨੂੰ ਮੂੰਹ ਵਿਖਾ ਵੀਏ, ਉਹਦੇ ਵਿਰਾਹ ਨੂੰ ਮੂੰਹ ਵਿਖਾ ਵੀਏ। ਇਹ ਤਾਂ ਆਏ ਉਹਨਾਂ ਦੇ ਵਾਸਤੇ ਨੇ, ਖੁਦਾ ਦੇ ਵਾਸਤੇ ਤਾਂ ਆਏ ਨਹੀਂ। ਖੁਦਾ ਨਾਲ ਤਾਂ ਕੰਮ ਕੋਈ ਨਹੀਂ ਸਾਨੂੰ ਪਾਉਂਦਾ, MPਆਂ ਨਾਲ ਪਾਉਂਦਾ, MNਆਂ ਨਾਲ ਪਾਉਂਦਾ, ਉਹਨਾਂ ਦੇ ਆਪਣੇ ਨਹੀਂ ਮੁਕਦੇ। ਸਾਰੀ ਸਾਰੀ ਰਾਤ ਪਤਾ ਨਹੀਂ ਕਿੱਥੇ ਕਿੱਥੇ ਹੁੰਦੇ ਨੇ, ਅਤੇ ਦਿਨੇ ਸਵੇਰੇ ਉੱਠਦੇ ਹੀ ਨਹੀਂ। ਉਹ ਗਰੀਬ ਤੂੰ ਕਿੱਡਾ ਖੁਸ਼ ਨਸੀਬ ਹੈ, ਰਾਤ ਮਜ਼ਦੂਰੀ ਕਰਕੇ ਥੱਕਾ ਆਇਆ ਉਹਨਾਂ, ਅਤੇ ਫਿਰ ਵੀ ਤੈਨੂੰ ਖੁਦਾ ਨਮਾਜ਼ ਦੇ ਟਾਈਮ 'ਤੇ ਉਠਾ ਦਿੰਦਾ। ਕਿਸੇ ਦੀ ਬੀਵੀ ਉਠਾ ਦਿੰਦੀ ਹੈ, ਕਿਸੇ ਦਾ ਪੁੱਤਰ ਉਠਾ ਦਿੰਦਾ, ਉਹ ਆਪ ਵੀ ਉੱਠ ਪਾਉਂਦਾ। ਇਹ ਕਮਾਈ ਦਾ ਇਹਨੂੰ ਕੋਈ ਨਹੀਂ ਪਤਾ ਵੀ ਇਹ ਕਿਹੜੀ ਕਮਾਈ, ਇਹ ਤਾਂ ਕਬਰ ਹੈ ਤੈਨੂੰ ਪਤਾ ਲੱਗਣਾ। ਆ ਤੂੰ ਜੋ ਕੱਲ੍ਹ ਗਿਆ ਜਲਸੇ 'ਤੇ, ਤੂੰ ਜੋ ਕੱਲ੍ਹ ਗਿਆ ਉਰਸ 'ਤੇ, ਉਹ ਤੂੰ ਕੀ ਲੈ ਕੇ ਆਇਆ। ਅਜੀਬ ਸਵਾਲ ਕਰਦੇ, ਜਿੰਨਾ ਕਣਕ ਬੀਜੀ ਸਾਰਾ ਦਿਨ ਮਰਦੇ ਸਨ, ਉਹਨਾਂ ਨੂੰ ਕਦੇ ਕਿਸੇ ਪੁੱਛਿਆ ਵੀ ਸਾਰਾ ਦਿਨ ਮਰਦਾ ਰਿਹਾ ਦਾਣੇ ਕਿੰਨੇ ਹੋਏ ਨੇ। ਇਹ ਸਾਨੂੰ ਪਤਾ ਹੈ ਵੀ ਇਹਦਾ ਵਕਤ ਹੈ, ਜਦੋਂ ਵਕਤ ਹੋਵੇਗਾ ਉਦੋਂ ਪੁੱਛਿਆ ਜੇ ਦਾਣੇ ਕਿਤਨੇ ਨੇ। ਜਿਹੜੇ ਜੁਮਾ ਪੜ੍ਹਦੇ ਨੇ, ਜਲਸੇ ਕਰਦੇ ਨੇ, ਨੇਕ ਮਹਿਫਲਾਂ ਵਿੱਚ ਜਾਂਦੇ ਨੇ, ਇਹਨਾਂ ਕੋਲ ਉਦੋਂ ਪੁੱਛਿਆ ਹੈ ਵੀ ਤੁਹਾਨੂੰ ਉੱਥੋਂ ਕੀ ਡੀਜਾ। ਫਕੀਰੋਂ ਕੀ ਝੋਲੀ ਮੇਂ ਹੋਤਾ ਹੈ ਸਭ ਕੁਛ, ਜਾਂਚ ਲੇਤੇ ਹੈ ਦੇਤੇ ਹੈ ਤਬ ਕੁਛ, ਮਗਰ ਚਾਹੀਏ ਇਨਸੇ ਲੈਣੇ ਕਾ ਡਬ ਕੁਛ। ਜਿਹੜੀ ਮਹਿਫਲ 'ਚ ਜਾਂਦੇ ਨੇ ਨਾ ਉੱਥੇ ਸਭ ਕੁਝ ਹੈ, ਕੋਈ ਖਾਲੀ ਜਾਵੇਗਾ ਨਹੀਂ। ਅੱਲਾ ਲਿਆਉਂਦੇ ਹੀ ਉਹਨਾਂ ਨੂੰ ਜਿਨ੍ਹਾਂ ਨੂੰ ਦੇਣਾ ਹੁੰਦਾ। ਅਸੀਂ ਖੁਸ਼ ਨਸੀਬ ਹਾਂ, ਬੇਸ਼ੱਕ ਸਾਨੂੰ ਕੋਈ ਨਹੀਂ ਜਾਣਦਾ, ਬੇਸ਼ੱਕ ਸਾਡੇ ਘਰ ਪੂਰੀਆਂ ਜ਼ਰੂਰਤਾਂ ਨਹੀਂ, ਲੇਕਿਨ ਗੁਜ਼ਾਰਾ ਤਾਂ ਹੁੰਦਾ ਪਿਆ, ਉਹਨਾਂ ਦਾ ਵੀ ਗੁਜ਼ਾਰਾ ਹੀ ਗੁਜ਼ਾਰਾ, ਅਰਬਾਂ ਖਾ ਗਏ ਨੇ ਗੁਜ਼ਾਰਾ ਹੀ ਗੁਜ਼ਾਰਾ। ਡਾਕਟਰਾਂ ਕੇ ਨਹੀਂ ਖਲੋਂਦਾ, ਉਹਨਾਂ ਹਰ ਸ਼ੈ ਬੰਦ ਕਰ ਜਾਂਦੇ, ਹੁਣ ਕੀ ਕਰੇ। ਜਿਹੜੇ ਗਰੀਬਾਂ ਦੇ ਲੁੱਟਿਆ ਉਹ ਤਾਂ ਐਵੇਂ ਪੈ ਰਹੇ, ਜੇ ਉਹਨਾਂ ਨਹੀਂ ਨਾ ਖਾਧੇ ਤਾਂ ਖਾਣੇ ਪੁੱਤਰਾ ਤੂੰ ਵੀ ਨਹੀਂ। ਖੁਦਾ ਦੀ ਲਾਠੀ ਬੇਅਵਾ, ਜੇ ਕਿਸੇ ਦੀ ਯਤੀਮ ਬੱਚੀ ਨੂੰ ਤੂੰ ਰਵਾਇਆ ਨਾ,
ਗਰੀਬ ਬੱਚੀ ਨੂੰ ਤੁਰਵਾਇਆ, ਤੇਰੀਆਂ ਬੱਚੀਆਂ ਨੂੰ ਸਕੂਨ ਨਹੀਂ ਮਿਲਣਾ। ਕਿਵੇਂ ਰਵਾਉਣਾ? ਗਰੀਬ ਬੱਚੀ ਦੀ ਸ਼ਾਦੀ ਕਰਕੇ ਲੈ ਆਉਂਦੀ, ਉਹਨੂੰ ਸੱਸ ਸਾਰੀ ਉਮਰ ਹੀ ਉਵਾਉਂਦੀ ਰਹੀ, ਮਾਂ ਤੈਨੂੰ ਕੋਈ ਦਿੱਤਾ? ਜ਼ਾਲਮ ਵੀ ਔਰਤ ਹੈ ਅਤੇ ਮਜ਼ਲੂਮ ਵੀ ਔਰਤ ਹੈ। ਮੁੜ ਗਿਲਾ ਮਰਦਾਂ 'ਤੇ ਹੁੰਦਾ, ਔਰਤ ਹੀ ਜ਼ਿਆਦਤੀ ਕਰਦੀ ਹੈ ਅਤੇ ਔਰਤ ਹੀ ਹੁੰਦੀ ਹੈ। ਇਹ ਨੂੰਹ ਜਿਤਨਾ ਚਿਰ ਨੂੰਹ ਹੈ ਇਹ ਮਜ਼ਲੂਮ ਬਣੀ ਹੋਈ ਹੈ, ਕੱਲ੍ਹ ਨੂੰ ਇਹ ਸੱਸ ਬਣਨਾ ਨਾ ਤਾਂ ਫਿਰ ਇਸ ਵੀ ਜ਼ੁਲਮ ਕਰਨਾ। ਕਿਤਨੇ ਲੋਕ ਗਰੀਬ ਹੁੰਦੇ ਨੇ ਅਤੇ ਇਹ ਜ਼ੁਲਮ ਵੇਖਦੇ ਰਹੇ ਨੇ, ਫਿਰ ਖੁਦਾ ਇਹਨਾਂ ਨੂੰ ਵੀ ਦਿੰਦਾ ਹੈ। ਭਲਾ ਤੁਸੀਂ ਹੁਣ ਵੇਖੋ, ਇਹ ਉਦੋਂ ਵੀ ਜ਼ਿਆਦਾ ਜ਼ੁਲਮ ਕਰਨ ਲੱਗ ਪੈਂਦੇ। ਮੁੜ ਇਹਨਾਂ ਨੂੰ ਪਤਾ ਲੱਗਦਾ ਕਿ ਦੌਲਤ ਨੂੰ ਸੰਭਾਲਣਾ ਵੀ ਬੜਾ ਔਖਾ ਕੰਮ। ਮੇਰੇ ਆਕਾ ਨੇ ਫਰਮਾਇਆ, ਯਾ ਅੱਲਾਹ, ਇੱਕ ਟਾਈਮ ਦਾ ਮੈਨੂੰ ਦਿੱਤਾ ਕਰ ਅਤੇ ਇੱਕ ਦਾ ਨਾ ਦਿੱਤਾ ਕਰ। ਮੈਨੂੰ ਸਬਰ ਦਾ ਵੀ ਸਵਾਬ ਮਿਲੇ ਅਤੇ ਸ਼ੁਕਰ ਦਾ ਵੀ ਸਵਾਬ ਮਿਲੇ। ਦੋਵੇਂ ਦਰਵੇਸ਼ ਦੌਰਾਨ ਤਬਲੀਗ ਕਿਸੇ ਪਿੰਡ 'ਚ ਇਕੱਠੇ ਹੋ ਗਏ, ਇਤਫਾਕੀਆ। ਉਹ ਇੱਕ ਦਰਵੇਸ਼ ਪੁੱਛਦਾ, ਕਿਵੇਂ ਗੁਜ਼ਰ ਰਹੀ ਹੈ ਤੇਰੀ? ਉਸ ਆਖਿਆ, ਜੀ ਜਦੋਂ ਮਿਲ ਜਾਂਦਾ ਤਾਂ ਸ਼ੁਕਰ ਕਰਨਾ ਅਤੇ ਜਦੋਂ ਨਹੀਂ ਮਿਲਦਾ ਤਾਂ ਮੈਂ ਸਬਰ ਕਰਨਾ। ਦੂਆ ਬਜ਼ੁਰਗਾਂ ਦਾ, ਇਹ ਕੰਮ ਤਾਂ ਮੇਰੇ ਪਿੰਡ ਦੇ ਕੁੱਤੇ ਵੀ ਕਰ ਲੈਂਦੇ। ਉਹਦਾ ਗਰੂਰ ਤਾਂ ਟੁੱਟ ਗਿਆ ਨਾ। ਹਰ ਆਲਮ ਤੋਂ ਵੱਡਾ ਇੱਕ ਆਲਮ ਹੈ, ਹਰ ਜ਼ਾਲਮ ਤੋਂ ਵੱਡਾ ਇੱਕ ਜ਼ਾਲਮ ਹੈ, ਹਰ ਪਹਿਲਵਾਨ ਤੋਂ ਵੱਡਾ ਇੱਕ ਪਹਿਲਵਾਨ ਹੈ। ਖੁਦਾ ਕਿਸੇ ਦਾ ਮਾਣ ਰਹਿਣ ਨਹੀਂ ਦਿੱਤਾ। ਉਸ ਪੁੱਛਿਆ, ਤੁਸੀਂ ਕੀ ਕਰਦੇ ਹੋ? ਉਸਦਾ ਕਿਹਾ, ਜੇ ਮਿਲ ਜਾਂਦਾ ਤਾਂ ਮੈਂ ਖਰਾਇਤ ਕਰ ਦਿੰਦਾ ਅਤੇ ਜੇ ਨਹੀਂ ਮਿਲਦਾ ਤਾਂ ਸਬਰ ਕਰ। ਖਰਾਇਤ ਦਾ ਲਫ਼ਜ਼ ਤਾਂ ਸਾਨੂੰ ਲੱਗਦਾ ਹੀ ਅਜੀਬ ਜਿਹਾ, ਜੋੜ ਦਿਸਾਂ ਹੁਣ ਵੱਢ ਕੇ ਬਹਿ ਰਹੀ ਹੈ, ਤੂੰ ਤਾਂ ਖਾ ਲਿਆ ਤੇਰੇ ਘਰ ਗਵਾਂਢ 'ਚ ਕਈ ਭੁੱਖੇ ਬੈਠੇ ਉਸ, ਉਹ ਉੱਧਰ 'ਚ ਦੇ, ਅੱਲਾਹ ਤੈਨੂੰ ਦੁਗਣਾ ਦੇ, 10 ਗੁਣਾ ਦੇਵੇਗਾ। ਅੱਲਾਹ ਇਹ ਮੌਕਾ ਲਿਆਉਂਦਾ ਹੁੰਦਾ ਬੰਦੇ ਨੂੰ, ਉਹ ਜਾਣਦਾ ਹੁੰਦਾ। ਅੱਜ ਗੰਢੇ ਮਹਿੰਗੇ ਹੋ ਜਾਵਣ ਅਤੇ ਲੋਕ ਇਤਨੇ ਖਰੀਦਣ ਲੱਗ ਪਾਉਂਦੇ ਨੇ, ਉਹ ਮਜ਼ੀਦ ਮਹਿੰਗੇ ਕਰ ਛੱਡਦੇ। ਤੁਸੀਂ ਉਹ ਗੰਢੇ ਪਾਉਣੇ ਛੱਡ ਦਿਓ। ਲੋਕ ਤਾਂ ਮਿਰਚਾਂ ਨਾਲ ਰੋਟੀ ਖਾਂਦੇ ਰਹੇ ਨੇ, ਪਾਣੀ ਨਾਲ ਖਾਂਦੇ ਰਹੇ ਨੇ। ਤੇਰਾ ਐਡਾ ਨਫਸ ਇਹ ਚਸਕੇ ਨਾਲ ਹੀ ਖਾਂਦਾ, ਇਹ ਕੀੜਿਆਂ ਦੀ ਖੁਰਾਕ ਹੀ ਬਣਨੀ ਹੈ। ਭਾਵੇਂ ਜਿਵੇਂ ਪਾ, ਇਹ ਸਰੀਰ ਮੱਖਣ ਦਾ ਪਲਿਆ, ਇਹਨੂੰ ਕੀੜਿਆਂ ਖਾਣ। ਜਿੱਤਣ ਅੱਲਾ ਦੇਵੇ ਉਹਦੇ 'ਚ ਰੱਬ, ਗਰੀਬਾਂ ਦਾ ਜ਼ਰੂਰ ਖਿਆਲ ਰੱਖਿਆ ਕਰੋ। ਕੋਈ ਮਜ਼ਦੂਰ ਵੇਖੋ ਤਾਂ ਉਹਦਾ ਖਿਆਲ ਕਰੋ, ਜਿਹੜਾ ਪੇਸ਼ਾਵਰ ਬਣ ਜਾਵੇ ਨਾ ਉਹਦੇ ਕੋਲ ਥੋੜ੍ਹਾ ਜਿਹਾ ਬਚ ਜਾਓ। ਉਹ ਮਜ਼ਦੂਰ ਵੀ ਹੈ, ਹੋ ਸਕਦਾ ਉਹ ਨਸ਼ਾ ਕਰਦਾ ਹੋ। ਜਿਹੜੇ ਅਸਲੀ ਫਕੀਰ ਨੇ ਨਾ, ਜਿਹੜੇ ਹੱਕਦਾਰ ਨੇ, ਉਹ ਵਿਚਾਰੇ ਤਾਂ ਲੁਕਦੇ ਨੇ। ਉਹਨਾਂ ਨੂੰ ਐਡਾ ਸ਼ਰਮ ਆਉਂਦਾ ਮੰਗਣ ਤੋਂ, ਉਹ ਹੱਥ ਕਰਨ ਨਾਲੋਂ ਮਰ ਜਾਣਾ ਬਿਹਤਰ ਸਮਝਦੇ। ਅੱਲਾਹ ਤਾਲਾ ਫਰਮਾਉਂਦੇ ਨੇ, ਉਹਨਾਂ ਫਕੀਰਾਂ ਨੂੰ ਦਿੱਤਾ ਕਰੋ, ਉਹ ਜਿਹੜੇ ਆਪਣੀਆਂ ਪਛਾਣੀਆਂ ਤੋਂ ਪਛਾਣੇ ਜਾਂਦੇ ਨੇ ਕਿ ਇਹ ਗਰੀਬ ਨੇ। ਉਹ ਚੰਬੜ ਕਰ, ਲਿਪਟ ਕਰ ਸਵਾਲ ਨਹੀਂ ਕਰਦੇ, ਜਿਹੜੇ ਤੇਰੀ ਜਾਨ ਨਹੀਂ ਛੱਡਦੇ। ਇਹ ਤਾਂ ਬਦਮਾਸ਼ ਨੇ। ਤੂੰ ਆਨਾ ਯਾਰ ਦਿਓ ਪਰਾਂ, ਦਿਓ ਪਰਾਂ ਤੂੰ ਆਦਤ ਪਾ ਛੱਡੀ,
ਦਿਓ ਪਰਾਂ ਗਰੀਬਾਂ ਨੂੰ ਦੇ, ਤੇਰੇ ਪਿੰਡ 'ਚ ਹੈਣ, ਤੇਰੀ ਬਿਰਾਦਰੀ ਵਿੱਚ ਹੈਣ, ਇਹਨਾਂ ਨੂੰ ਨਾ ਦਿਓ। ਇਹ ਦਿਨੇ ਮੰਗਦੇ ਨੇ, ਰਾਤ ਚੋਰੀਆਂ ਕਰਦੇ ਨੇ। ਕਿਤਨੇ ਫੜੇ ਗਏ, ਦਹਿਸ਼ਤਗਰਦਾਂ ਨੇ ਇਹ ਕੰਮ ਸ਼ੁਰੂ ਕਰ ਦਿੱਤਾ। ਮੰਗਤੇ ਵੀ ਬਣ ਜਾਣ, ਕਹਿੰਦੇ ਧਮਾਕੇ ਵੀ ਕਰਦੇ ਰਹੇ। ਇਹ ਐਡੇ ਖੈਰ ਖਾਂ ਨੇ ਸਾਡੇ ਮੁਸਲਮਾਨ, ਜਿਨ੍ਹਾਂ ਨੂੰ ਜਾਣਨਾ ਉਹਨਾਂ ਨੂੰ ਦਿਓ ਨਹੀਂ ਯਾਰ, ਮੈਂ ਕਦੋਂ ਆਉਣਾ ਨਾ ਦਿਓ, ਮੇਰੇ ਪੱਲਿਓਂ ਦਿੰਦੇ, ਜ਼ਾਇਆ ਕਰਦੇ ਪਏ। ਬੇਵਾ ਔਰਤਾਂ ਦਾ ਤੁਹਾਨੂੰ ਪਤਾ ਹੀ ਹੋ ਸੀ, ਆਪਣੇ ਮਹੱਲੇ ਦੀਆਂ ਦਾ, ਆਪਣੀ ਬਿਰਾਦਰੀ ਦੀਆਂ, ਉਹਨਾਂ ਨੂੰ ਦਿਓ, ਆਪਣੇ ਮੌਲਵੀ ਨੂੰ ਦਿਓ, ਜਿਹੜਾ ਤੁਹਾਡੇ ਪਿੰਡ ਵਾਲਾ ਮੌਲਵੀ ਹੈ ਉਹਦੀ ਖਿਦਮਤ ਕਰੋ। ਬਾਹਰੋਂ ਮੌਲਵੀ ਕੋ ਆਉਂਦਾ ਤਾਂ ਉਹਨੂੰ ਬੜਾ ਚੜ੍ਹਦਾ, ਉਸ ਕਮਾਲ ਇਹ ਕੀਤਾ ਕਿ ਮਸੀਹ 'ਤੇ ਗਾਲਾਂ ਕੱਢਦਾ ਰਹੇ। ਨਵਾਂ ਗੁੜ ਲੱਗਦਾ ਮਿੱਠਾ ਪਰ ਕੀਮਤੀ ਪੁਰਾਣਾ ਹੁੰਦਾ। ਮੌਲਵੀ ਆਪਣਾ ਹੀ ਚੰਗਾ ਹੁੰਦਾ ਹੈ, ਉਹਦੀ ਖਿਦਮਤ ਕਰੋ, ਉਹਦੇ ਨਾਲ ਤਾਮਨ ਕਰੋ, ਗਰੀਬਾਂ ਦੀਆਂ ਬੱਚੀਆਂ ਦਾ ਖਿਆਲ ਰੱਖੋ, ਉਹਨਾਂ ਦੀ ਸ਼ਾਦੀ ਵਿੱਚ ਹੱਥ ਬਟਾਓ। ਅੱਜ ਗਰੀਬ ਬੰਦੇ ਕੋਲ ਤਾਂ ਰਿਸ਼ਤਾ ਪੁੱਛਦੇ ਹੀ ਕੋਈ ਨਹੀਂ, ਸਾਰੀ ਜ਼ਿੰਦਗੀ ਫਿਰ ਰੋਂਦੇ ਰਹਿੰਦੇ। ਇਰਾਦਾ ਤਾਂ ਕਰੋ। ਇੱਕ ਉਦੇ ਮੈਂ ਮੇਰੇ ਮੁਰੀਦ ਆਣ, ਲੜਕੀ ਵੀ ਅਤੇ ਲੜਕਾ ਵੀ, ਪਰ ਮੁਰੀਦ ਹੋਏ ਬਚਪਨ 'ਚ, ਮੁੜ ਆ ਗਿਆ ਹੀ ਕੋਈ ਨਾ, ਇੱਕ ਹੋ ਗਿਆ ਫੌਜ 'ਚ, ਉਹ ਮੇਜਰ ਬਣ ਗਿਆ। ਗਰੀਬ ਘਰ ਦਾ ਲੜਕਾ, ਉਹ ਜਿਹੜੀ ਦੂਈ ਲੜਕੀ ਹੈ ਇਹ ਮਾਸੀਆਂ ਦੇ ਪੁੱਤਰ ਹਨ, ਉਹ ਗਰੀਬ ਲੜਕੀ ਵਾਲੇ ਜਿਹੜੇ ਹਨ ਉਹ ਕੁਝ ਸੌਖੇ ਹਨ। ਹੁਣ ਉਹ ਮੇਜਰ ਸਾਹਿਬ ਪਿਆ ਇਤਨੇ ਪੈਸੇ ਮੇਰੇ ਅਕਾਊਂਟ 'ਚ ਭੇਜਣ, ਮੈਨੂੰ ਇੱਕ ਗੱਡੀ ਵੀ ਦੇਵੇ, ਪਲਾਟ ਵੀ ਕੋਈ ਦੱਸੇ, ਮੈਨੂੰ ਯਾਦ ਨਹੀਂ ਕਿਤੇ। ਉਹ ਬੱਚੀ ਵਾਲੇ ਆਖੇ ਠੀਕ ਹੈ ਆਪਣੇ ਪੁੱਤਰ ਹੈ, ਅਤੇ ਉਹਨਾਂ ਆਖੇ ਠੀਕ ਹੈ। ਜਦੋਂ ਤਿਆਰ ਹੋ ਗਏ ਉਸ ਲੜਕੀ ਨੇ ਜਵਾਬ ਦੇ ਛੱਡੇ, ਉਸਦਾ ਕਿ ਮੈਂ ਕਿਸੇ ਗਰੀਬ ਵੱਲੇ ਸ਼ਾਦੀ ਕਰਾਂਗਾ। ਇਹਦੀ ਉਹ ਹਿਰਸ ਕਮੇਨੇ ਵਾਲੀ ਤਾਂ ਮੁੱਕੀ ਨਹੀਂ, ਮੈਂ ਗਰੀਬ ਨਾਲ ਸ਼ਾਦੀ ਕਰ ਲੈਣੀ ਹੈ, ਮੈਂ ਇਹਦੇ ਨਾਲ ਨਹੀਂ ਕਰਨੀ। ਦੁਨੀਆ ਦਾ ਤਾਲਬ ਕੁੱਤਾ ਹੈ, ਭਾਵੇਂ ਉਹ ਕਿਤਨੇ ਮੁਕਾਮ 'ਤੇ ਚਲਾ ਜਾਵੇ, ਹਰਕਤਾਂ ਉਹ ਕਰੇਗਾ ਕੁੱਤੇ ਵਾਲੀਆਂ। ਦੁਨੀਆ ਦਾ ਤਾਲਬ ਕੁੱਤਾ ਹੈ, ਕੁੱਤੇ ਨੂੰ ਕੁੱਤਾ ਚੰਗਾ ਲੱਗਦਾ? ਇੱਕ ਊਂਠ ਦਾ ਮੁਰਦਾਰ ਪਿਆ ਹੈ ਅਤੇ ਇਕੱਲਾ ਕੁੱਤਾ ਖਾ ਲੈਂਦਾ, ਲੇਕਿਨ ਦੂਏ ਨੂੰ ਨੇੜੇ ਨਹੀਂ ਆਉਣ ਦਿੰਦੇ। ਇੰਝ ਹੀ ਦੁਨੀਆਦਾਰ ਜਿਹੜੇ ਅੰਦਰੋਂ ਕੁੱਤੇ ਬਣ ਚੁੱਕੇ ਨੇ ਨਾ, ਉਹ ਆਪਣੇ ਵਿਰਾਵਾਂ ਦਾ ਵਿਆਹ ਖਾਧੇ ਜਾਂਦੇ ਨੇ, ਤੰਗ ਕਰਦੇ ਪੈਣ ਉਹਨਾਂ ਨੂੰ। ਆਖਰਤ ਦੀ ਤਿਆਰੀ ਕਰੋ, ਕਿਸੇ ਦਾ ਹੱਕ ਨਾ ਖਾਓ, ਗਰੀਬਾਂ ਨਾਲ ਦੋਸਤੀ ਰੱਖੋ, ਰਿਸ਼ਤੇਦਾਰੀ ਗਰੀਬਾਂ ਨਾਲ। ਇੱਕ ਅੱਧੇ ਦਾ ਉਹਨਾਂ ਰਿਸ਼ਤਾ ਲੈਣਾ ਅਮੀਰਾਂ ਨੇ, ਕਿਤਨੇ ਉਹਨਾਂ ਦੇ ਮਗਰ ਮਗਰ ਫਿਰਦੇ ਨੇ। ਸਾਡੇ ਇਲਾਕੇ ਦੀ ਗੱਲ ਹੈ, ਇੱਕ ਵਾਹਵਾ ਖਾਂਦਾ ਪੀਂਦਾ, ਇੱਕ ਮਾੜਾ ਹਾ ਜਿਹੜਾ ਖਾਂਦਾ ਪੀਂਦਾ ਨਾ, ਉਸ ਆਣ ਕੇ ਮਾੜੇ ਨੂੰ ਆਖਿਆ, ਆਪਾਂ ਯਾਰ ਆਪ 'ਚ ਰਲ ਨਾ ਜਾਵੇ। ਉਸ ਆਖਣੇ ਚੌਧਰੀ ਜੀ ਨੇ, ਤੁਸੀਂ ਵੱਡੇ ਬੰਦੇ ਹੋ, ਅਸੀਂ ਮਾੜੇ ਬੰਦੇ ਹਾਂ, ਤੁਹਾਡਾ ਸਾਡਾ ਜੋੜ ਕੋਈ ਨਹੀਂ। ਉਸ ਆਖਿਆ ਅੱਲਾਹ ਦੇ ਬੰਦੇ ਆ, ਤੈਨੂੰ ਮੈਂ ਆਪ ਆਣ ਕੇ ਪਿਆ ਨਾ, ਗਿਆ ਤਾਂ ਤੂੰ ਗਿਆ ਹੁਣ। ਉਸ ਆਖਿਆ ਜੀ ਮੈਨੂੰ ਪਤਾ ਹੈ ਤੂੰ ਪਿਆ ਨਾ, ਮੁੜ ਕਿਉਂ ਨਹੀਂ ਕਰਦਾ? ਉਸ ਆਖਿਆ ਜੇ ਮੈਂ ਤੇਰੇ ਕੋਲ ਗਿਆ, ਮੈਨੂੰ ਆਪਣੀ ਘੋੜੀ ਆਪ ਬੰਨਣੀ ਪਾਉਣੀ,
जे तू साडे कोल आयो ते तेरी घोड़ी भी सानू बनने पौनी है, असी अपने अर्गे ना किसे ना करांगे। जेड़ा अपनी घोड़ी आप बन लवे असी अपने आप बन ले। किड़ा साडा ज़हन खराब है, फैक्ट्री आला होवे, मिला आला होवे, पेट्रोल पंप आला होवे, मुड़ो की खांदे ने? नवाज शरीफ की खांदा है? उस गरीब दी बीमारी इतनी निकलियां ने, बड़िया बीमारियां ने, उन्दे पले कोई शायद निकली भी कोई नहीं चोरी दी। ये दौलत दी सजा होंदी पूरी थां। हालांकि मैं सुनया कि सखी भी बड़े ने, इन्हां दा बाप जुमे के हर रोज बोरी नोटां दी वड़ंदा। फिर भी पता तो जितना डूंगा पानी हो डुबण दा उतना ही खतरा होंदा। गरीबां किंदे च डुबना? इन्हां कोल तां पीण दा पानी कोई नहीं, बुलना किंदे च? दुनिया की जिंदगी जिहड़ी है ना, ये जिंदगी ये बेड़ी, ते बेड़ी नूं चलावण वास्ते हुंदा पाणी, यानी दौलत। दौलत माया ये पाणी। जितना पाणी थोड़ा होवे बेड़ी औखी चलदी। गरीब बंदे दी जिंदगी गुजरदी तो पई है पर है औखी, मला दे बादू थक जांदे ने। बहुते पानी विच बेड़ी सौखी चलदी, मला सौखा रहिंदा, लेकिन जदों बेड़ियां गर्क होंदियां थोड़े पानी च नहीं होंदियां। जदों भी बेड़ी गर्क होई है तो बहुते पानी च होंदी, बहुते पानी विच जिहड़ी भी बेड़ी जावे वह गर्क हो जाती नहीं, उत्थे भी महफूज रहेगी जिस बेड़ी दे अंदर पानी ना आवे। जिन्ना बंदियां दे मुहब्बत दिल विच ना आवे ना, तो खुदा करे ते भावें वह बैंकां दे मालक हो कोई नुकसान नहीं होगा। ते जो दिल विच आ गया ना मुहब्बत, इस बेड़ी हुण डुब जाना। अल्लाह करे दौलत तेरी जेब विच होवे, अल्लाह करे दौलत तेरी बैंक च होवे, लेकिन तेरे दिल विच ना हो। जे ये मसला है तो ये भी इलाज करा, ये रूहानी बीमारी होंगी। जदों दिल बीमार हो जाता है तो फिर उन्हों इहो जिहियां चीज़ां का सामना करना पौंदा, चंगे पासे वो पैसा नहीं लाउंदा, सोचा करदा कित्थे लावां की करां, तो सखी जिहड़ा हुंदा है उन्दे कोल जिहड़ा आ जाता ना, वो सोचण तो पहले अल्लाह पास दे छड़दा, लै हुण सोचदा रह। नफ्स तो बंदे नूं पैड़े पासे ला छड्दा। शेख अब्दुल कादर जिलानी महबूब सुबहानी, पीरां दे पीर, पेशाब करन जाऊआं वाशरूम तो पहले विचों निकल के आए ते अपने मुरीद नूं आंदे ने फलानी थां ते 500 रुपया पिया, वो जाके तकसीम कर दे खुदा वास्ते, थोड़े आण या गणे, वो वंड के आ गया। फिर आण के पुछदा हजरत यही तुसां क्यों कीता, बाहर निकल आवा तो मुड़ कर लवा। आपने फरमाया एक साह दे नाल दो तीन वारी ते हमले कर लेंदा। मैं आखां हुण ख्याल चंगा आया खड़ा, मैं एक कर लवा मता बदल ना छे। इंज हों कई बार असं सोचने भी आ कर लगे, फिर आना चल जाने थान तो कर लें, बस जदों तेन मगर ला लवेगा ना फिर तेन पटड़ी तो चढ़न नहीं देगा। वड्डिया वड्डिया नेकियां ये ने, अपने रिश्तेदार गरीबों में किसी की मदद करो, अपने पिंड किसी बीमार की मदद करो,
बेवा औरत की मदद करो, ने बच्चिया ने जवाना उन्होंने रिश्ते बेच साथ दो। जे तेरा पुत्र व्याहन वाला है तो तू कोई गरीब बच्ची ले ला, दहेज ना लो। नहीं सरदा हूँ कि मैं सरदा पे पर उन्हें दो तीन आ जावन तो सर जाता है ना। तो जे एक रिश्ता लिया फिर ट्रक दहेज का चाहिए, फिर जिंदा दी बच्ची ब्याह के ल्यांदे हो तो फिर अच्छा सलूक कीता। पहले दिन का अच्छा सलूक तेरा ये है कि बंदे तो दसे थोड़े हैं तो ले ज्यादा दे, उन्होंने लंगर कितना खराब किया तू, उन्होंने बेइज्जत करने वास्ते कितनी कोशिश की तू, ये रिश्तेदारी कायम रहेगी, उन्होंने दिल में नफरत हो जाए, ये तो कोई बेहया बंदे हैं। जिधर रिश्तेदारी पर करना है उन्होंने नुकसान करता तो बंदा नहीं जानवर, जानवरों को एहसास नहीं होता, वो खुरली चू पट्ठे बाहर सटते रहते। गरीबों का ख्याल रखो, गरीब बच्चियों का ख्याल रखो, अपने बच्चों को दीन की तलीम दो। तेरे मुँह वालों पानी आ जाता है, फलाने का पुत्र इंजीनियर बन गया, डॉक्टर बन गया, उस के तेरे काम काम आवेगा, कितनी कितनी फीस लेंगे। कोई फकी हाफिज बन जाए, आलम बन जाए, वो लोगों का भी काम आता है, माँ प्यो में भी कब्र च फायदा होगा, उद्दे ख्याल ही कोई नहीं। कितने बंदे मैनू आन के आते हैं सानू जो कोई अच्छा जहा मौल भी लभ दो, इन्ह दिन नौकरियां कितनिया ने, वो डिग्रियां हाथ से लेके फिरते हैं, उन्होंने जाप मिलती को नहीं, मुड़ भी ये उद्दे ही मरते ने, ये दीन वाले पासे नहीं आते। अच्छे मौलवी बनो, अच्छे हाफज बनो, अच्छे आलम बनो, ये नहीं हाफज रात को तराबियां पढ़ाइया तो अगों दिन आप सिगटा पींदा, ये मैं व्यक्ति इे बंदे रात तराबियां पढ़ाने तो सवेरे सिगटा पीदियाँ। अगू माह रमज़ान आ रहा है, उनकी तैयारी करो, इंशाल्लाह रोजे रखने, जो रोजा तो पहले मर गयो तो तेरे रोजे सारे रखी गए, केड़ा सखी। कोई बीमार होवे नहीं रख सकता तो किसी नूं रखा देवे रोजे, तो किसी नूं रोजे कपड़े ले दो, पैसे दे दो, जो भी सरदा है करो, कम अज कम जेड़ा फितराना है वो तो पहले रोजे दे देना चाहिए। ये तो इंसान को नहीं, ये तो उन्होंने है, वो भी कपड़े ले लेवन, वो भी रोजे अच्छे रख लेवन। ईद वाले दिन, ईद वाले दिन तो कपड़ा उन्होंने मिलेगा ही नहीं, जे मिल गया तो दर्दियां तो पढ़ू ऐलान कर दिता होंदा है भी हुण साडे कोल कपड़ा कोई ना लिया सीमा नाल। ये जेन में सोचो, इन्हां ते अबल ममे करन दी कोशिश कर सा, ते तुसी भी करो, तौफीक तो खुदा दे, बरिया उसका जानिए जिसका तोड़ चढ़े, पता नहीं केड़ा दाणा बेच आ जाए जिंदे सदके खुदा साडे ये महफल में कबूल कर ले। सब तो ज़्यादा अपने आप में गंदा समझ, या अल्लाह मैनू शर्म पी आउंदी है इन्हां बंदियां इत्थे बैठे हैं, तो नेक बंदे ने, मैं गंदा जे बिच आ गया। हर बंदा इंज करेगा ना तो खुदा नूं तरस तां आउणा, मंगण वाले कोई भी नहीं आंदा कि मैं एम पी हाँ, मैं चौधरी हाँ, किवें अपने आप नूं घटाउंदे ने। अल्लाह को मंगण दा तरीका यही, अपने आप नूं घटाओ, जेड़ा कारोबार भी करता पे दिल विच सोच के मैं बेईमानी नहीं करनी,
एक बीवी है, दो बीवियां ने, उन्होंने ना अच्छा सलूक करो, मसावात करो, उन्होंने आपस अंदर सुलह कराओ। मां का शान तो मां का ही, जिन्हां दी जीवंदियां ने कदर करो। मूसा अलैहि सलाम ने या कोई होर बुजुर्ग उनकी वालदा फौत हो गई, उन्हें आवाज़ आई, ऐ मेरा बंदा, वो हस दुनिया में नहीं हो रहे जेडे तेरे वास्ते खरीयत वास्ते उठते होंगे, वो हस दुनिया च नहीं हो रहे। जिन्हां दी मावां जीवंदियां ने वो वेख लिया, थानू पता भी उसे, जितना चिर तू घर नहीं जाना ना तो वह दोवें मंगती पी, अल्लाह मेरा पुत्र खैर ना। बीवियां कई होवनगियां हैं, मावां सारियां ही हैं, भावें जीओ जीआं ने, पुत्रां दी मुहब्बत कितनी है, तो पुत्रां दा सलूक वो सानू पता है, असी मावां नाल की सलूक करने, शर्म दा मकाम। तू टट्टी कर छड़ना, पेशाब कर छड़ना, वो तेनों दूसरी मंजी से भी नहीं पाऊंगी। तू शादी हुई फिर वखरा हो गया, हुण इन्हां कौन कमा खवा, सारे पुत्र वखरे हो गए, हुण मां प्यो नूं कौन कमा खवावे, उन्हां रोना ही होर की करना। हुण कल नूं तू बुढ़िया आना है, ये तो दोवें हाथों ताड़ी वजी, और तेरे नाल भी इंज होना, तेनू कितनी तकलीफ हो गई। आज जिंदगी का राज है, जो करना कर लो आज है, कल मर गयो मोहताज है, नेकी कमा आज वक्त। थानू एक वजीफा दसना, हमेशा दसना होना, कुछ बंदे मुरीद होने वास्ते आए होंगे ने, एक कलमे ताई पढ़ाए जाते हैं, मुरीद जै होना होगा इरादा करेगा, दुख है ना मुरीद करने का फायदा की, वो बैत होंगी नहीं। अगर थोड़ा किसी का इरादा नहीं ना बैत आ, मेरे हाथों से हाथ भी पा लो तो बैत नहीं होंगे, तो जिन्हों का इरादा हो गया वो पिछा बैठे भी मुरीद हो जा। जिमें असी पढ़ीए उंज पढ़ते आओ, जिन्ना मुरीद होना है वो दिल च इरादा कर लो। अऊज़ बिल्लाहि मिनश शैतानिर रजीम, बिस्मिल्लाहिर रहमानिर रहीम, आमनतु बिल्लाहि व मलाइकातिहि व कुतुबिहि व रुसुलिहि वल यौमिल आखिर वल कदर खैरिहि व शर्रिहि من الله تعالى والبعث بعد الموت اشهد ان لا اله الا الله وحده لا شريك له واشهد ان محمدا عبده ورسوله استغفر الله تعالى ربي من كل ذنب واتوب إليه। دعا منگو اللہ تعالیٰ دین دنیا دی مشکلات آسان کرے، پریشانیاں دور فرماوے، کاروبار چ برکت ہو، دین دا شوق ہو۔ برحمت ਇੱਥੇ ਖੱਬੇ ਪਾਸੇ ਪਸਲੀਆਂ ਦੇ ਵਿੱਚ ਲਤੀਫਾ ਕਲਬ ਹੁੰਦਾ ਹੈ, ਜਿਹਨੂੰ ਆਪਾਂ ਦਿਲ ਆਖਦੇ। ਉਂਗਲ ਨਹੀਂ ਰੱਖਣੀ, ਉੱਚਾ ਨਹੀਂ ਬੋਲਣਾ, ਦਿਲ 'ਚ ਹੀ ਪੜ੍ਹਨਾ, ਅੱਲਾਹ ਅੱਲਾਹ ਅੱਲਾਹ। ਜਿਸ ਤਰ੍ਹਾਂ ਪਿਆਸ ਲੱਗੀ ਹੁੰਦੀ ਹੈ ਤਾਂ ਬੰਦਾ ਜ਼ਬਾਨ ਨਾਲ ਪਾਣੀ 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 ਨਹੀਂ ਆਖਦਾ, ਲੇਕਿਨ ਖਿਆਲ ਪਾਣੀ ਵਾਲਾ। ਇਹ ਵਜ਼ੀਫਾ ਵੀ ਖਿਆਲ 'ਚ ਹੀ ਕਰਨਾ, ਅੱਲਾਹ ਅੱਲਾਹ ਅੱਲਾਹ। ਥੋੜ੍ਹੇ ਦਿਨਾਂ ਵਿੱਚ ਫਿਰ ਆਪਣੇ ਆਪ ਚੱਲ ਪਵੇ, ਚੱਲ ਪਵੇਗਾ ਤਾਂ ਫਿਰ ਬੰਦ ਨਹੀਂ ਹੋਣਾ।
ਤੂੰ ਸੁੱਤਾ ਹੋਵੇਂਗਾ ਇਹ ਕਰਦਾ ਹੋਵੇ, ਮਲਕਲ ਮੌਤ ਆ ਜਾਵੇਗਾ ਇਹ ਜ਼ਿਕਰ ਚੱਲਦਾ ਹੋਵੇ, ਕਬਰ ਜਾਵੇਂਗਾ ਤਾਂ ਇਹ ਚੱਲਦਾ ਹੋਵੇ। ਪਰ ਜੇ ਦੁਨੀਆਂ ਵਿੱਚ ਇਹਨੂੰ ਚਾਲੂ ਕਰ ਲਵੇਂ ਤਾਂ ਇਹ ਕਿਤਨਾ ਔਖਾ ਹੀ ਆ, ਔਖਾ ਵੀ ਕੋਈ ਨਹੀਂ, ਇਹਦੇ 'ਤੇ ਖਰਚਾ ਵੀ ਕੋਈ ਨਹੀਂ ਅਤੇ ਕੰਮ 'ਚ ਹਰਜ ਵੀ ਕੋਈ ਨਹੀਂ, ਫਿਰ ਤੂੰ ਕੀ ਜਾਣਾ, ਤੇਰੀ ਥਾਂ 'ਤੇ ਮੈਂ ਕਰਾਂ, ਉਹ ਤਾਂ ਫਿਰ ਮੈਨੂੰ ਸਵਾਹ ਬਣੂ, ਕਰ ਤਾਂ ਮੈਂ ਲੈਂਦਾ ਪਰ ਇਹਦਾ ਤੁਹਾਨੂੰ ਫਾਇਦਾ ਕੋਈ ਨਹੀਂ ਨਾ, ਤੁਸੀਂ ਆਪ ਕਰੋਗੇ ਤਾਂ ਫਾਇਦਾ। ਯਾ ਅਯੂਹ ਅੱਲਜ਼ੀਨਾ ਆਮਨੂ ਜ਼ਕਰੁ ਅੱਲਾਹ ਜ਼ਿਕਰਨ ਕਸੀਰਾ, ਐ ਈਮਾਨ ਵਾਲਿਓ ਔਰਤਾਂ ਵੀ ਮਰਦ ਵੀ, ਜ਼ਿਕਰ ਕਰੋ ਕਸਰਤ ਦੇ ਨਾਲ, ਜ਼ਿਆਦਾ ਤੋਂ ਜ਼ਿਆਦਾ ਕੰਮ ਕਰਦੇ ਵੀ, ਦਸਤ ਬਕਾਰ ਦਿਲ ਬਾਯਾਰ, ਹੱਥ ਕਾਰ ਕੀ ਤਰਫ ਦਿਲ ਪਰਵਰ ਦੀ ਗਾਰ ਕੀ ਤਰਫ, ਹੱਥਾਂ ਨਾਲ ਕੰਮ ਕਰਦਾ ਰਹੋ, ਪੈਰਾਂ ਨਾਲ ਸਫ਼ਰ ਕਰਦਾ ਰਹੋ, ਜ਼ਬਾਨ ਨਾਲ ਗੱਲਾਂ ਕਰਦਾ ਰਹੋ, ਪਰ ਦਿਲ ਨਾਲ ਕੀ ਕਰਨਾ, ਉਹਦੇ 'ਚ ਜ਼ਿਕਰ ਕਰਦਾ ਰਹੋ। ਜਿਹੜਾ ਦਿਲ ਜ਼ਿਕਰ ਕਰਦਾ, ਇਹ ਜ਼ਿੰਦਾ ਦੀ ਮਿਸਾਲ ਹੈ, ਜਿਹੜਾ ਜ਼ਿਕਰ ਨਹੀਂ ਕਰਦਾ ਉਹ ਮੁਰਦਾ ਦੀ ਮਿਸਾਲ। ਮੇਰੇ ਆਕਾ ਨੇ ਫਰਮਾਇਆ, ਜੋ ਜ਼ਾਕਰ ਹੈ ਉਹ ਜ਼ਿੰਦਾ ਹੈ, ਜੋ ਮੁਰਦਾ ਹੈ, ਜੋ ਗਾਫਲ ਹੈ ਉਹ ਮੁਰਦਾ ਹੈ। ਜ਼ਿਕਰ ਕਰਿਆ ਕਰੋ, ਨਮਾਜ਼ 5 ਵਕਤ ਪੜ੍ਹੋ, ਹੈਲੋ ਨਾ ਆਖਿਆ ਕਰੋ, ਅਸਲਾਮੋ ਰੇਕੁਮ ਆਖੋ, ਹੈਲੋ ਵੁਜ਼ੂ ਕਰਕੇ ਵੀ ਆਖੋ, ਇੱਕ ਨੇਕੀ ਵੀ ਨਹੀਂ, ਹੁਣ ਇੱਕ ਸਾਹ ਤਾਂ ਜ਼ਾਇਆ ਹੋ ਗਿਆ। ਅਸਲਾਮੋ ਰੇਕੁਮ ਆਦਤ ਪਾਓ, ਇਹ ਤੁਹਾਨੂੰ ਆਦਤ ਹੀ ਪੈ ਗਈ ਨਾ ਹੈਲੋ ਦੀ, ਅਸੀਂ ਮੁਸਲਮਾਨ ਤਾਂ ਅਸਲਾਮੋ ਰੇਕੁਮ ਆਉਂਦੇ, ਇਹ ਫਿਰ ਆਦਤ ਪੈ ਗਈ। ਆ ਜਿਹੜੇ ਬਾਹਰ ਗਏ ਨਾ ਬੱਚੇ, ਇਹ ਉੱਥੋਂ ਵੇਖ ਕੇ ਆਏ ਅਤੇ ਇੱਥੇ ਆਣ ਕੇ ਹੋਰ ਅੰਗਰੇਜ਼ੀ ਆਈ ਨਾ ਆਈ, ਅਸਲਾਮੋ ਅਲੈਕੁਮ ਤਾਂ ਛੱਡ ਆਏ, ਹੈਲੋ ਹੈਲੋ ਤਾਂ ਵੀ ਸਤਿਆਨਾਸ਼ ਕਰ ਛੱਡਿਆ ਇਹਨੇ, ਕਈ ਤਾਂ ਦਿਨ ਆਈ ਲਓ ਆਈ ਲਓ, ਅਸਲਾਮੋ ਅਲੈਕੁਮ ਆਖੋ। ਮੌਲਵੀ ਹੈਲੋ ਆਖਣ ਲੱਗ ਪਏ, ਪੀਰ ਹੈਲੋ ਆਖਣ ਲੱਗ ਪਏ, ਪੜ੍ਹਿਆ ਲਿਖਿਆ 'ਚ ਤਾਂ ਕੋਈ ਬੱਚਾ ਕਿਸਮਤ ਵਾਲਾ ਜਿਹੜਾ ਬਚਿਆ, ਜਿਹੜੇ ਇੱਥੇ ਬੈਠੇ ਹੋ ਮਸੀਤ 'ਤੇ, ਇਹਨਾਂ ਵਿੱਚ ਵੀ ਕੋਈ ਬਚਿਆ ਹੋਵੇ, ਇੰਝ ਹੀ ਹੈ ਅੱਲਾਹ ਦਾ ਫਜ਼ਲ ਹੈ। ਮੇਰੇ ਮੁਰਸ਼ਦ ਦੀ ਦੁਆ ਹੈ, ਮੈਂ ਨਹੀਂ ਆ, ਮੇਰੇ ਨਾਲ ਇੱਕ ਸਾਦਾ ਜਿਹਾ ਮਲੰਗ ਹੈ ਮਸਤਾਨਾ, ਉਹ ਮੇਰਾ ਫੋਨ ਸੁਣਦਾ ਹੈ, ਜੇ ਕੋਈ ਆਖੇ ਨਾ ਹੈਲੋ, ਉਹ ਭਾਈ ਅਸਲਾਮੋ ਅਲੈਕੁਮ ਆਖੋ, ਉਹ ਵੀ ਤਬਲੀਗ ਕਰਦਾ, ਤੁਸੀਂ ਵੀ ਇੱਕ ਦੂਜੇ ਨੂੰ ਤਬਲੀਗ ਕਰੋ। ਤੇਰਾ ਰਿਸ਼ਤੇਦਾਰ ਹੈ ਦੋਸਤ ਹੈ, ਉਹ ਤੈਨੂੰ ਆਉਂਦਾ ਹੈਲੋ, ਉਹਨਾਂ ਕਿਹਾ ਯਾਰ ਅਸਲਾਮੋ ਅਲੈਕੁਮ ਆਖ, ਆਪਾਂ ਦੋਵੇਂ ਮੁਸਲਮਾਨ ਹਾਂ, ਦਾ ਨੇਕੀਆਂ ਕਿਉਂ ਜ਼ਾਇਆ ਕਰੀ, ਮੌਲਵੀ ਦੀ ਗੱਲ ਤਾਂ ਉਹ ਗੁੱਸਾ ਕਰੇਗਾ, ਤੇਰੀ ਤਾਂ ਮੰਨ ਜਾਵੇਗਾ। ਜ਼ਿਕਰ ਕਰੋ, ਹੈਲੋ ਨਾ ਕਰੋ, ਗਾਲੀ ਨਾ ਦਿੱਤੀਆਂ ਕਰੋ, ਸਿਗਰਟਾਂ ਨਾ ਪੀਓ, ਹੁੱਕਾ ਨਾ ਪੀਓ, ਜਦੋਂ ਤੇਰੇ ਮਰਨ ਲੱਗਿਆਂ ਕੱਪੜੇ ਉਤਾਰਨ ਵਿੱਚੋਂ ਸਿਗਰਟਾਂ ਦੀ ਡੱਬੀ ਨਾ ਨਿਕਲੇ, ਨਿਸਵਾਕ ਨਿਕਲੇ, ਨਿਸਵਾਰ ਨਾ ਨਿਕਲੇ, ਪਾਣ ਨਾ ਨਿਕਲੇ, ਮਿਸਵਾਕ ਨਿਕਲੇ, ਫਿਰ ਵੇਖਣ ਵਾਲਾ ਕੀ ਆ ਰਿਹਾ ਤਾਂ ਸੱਚਾ ਮੁਹੰਮਦੀ ਯਾਰ, ਜਦੋਂ ਗੁਸਲ ਤੈਨੂੰ ਦੇਵਣ ਲੱਗਣ ਅਤੇ ਮੁਹੰਮਦੀ ਬਾਗ ਦੀਆਂ ਸ਼ਾਖਾਂ ਹਲਦੀਆਂ ਹੋਣ, ਤੂੰ ਆਉਣਾ ਮੈਂ ਦਾੜੀ ਬਣਾ ਕੇ ਸੋਹਣਾ ਹੋ ਗਿਆ, ਪਤਾ ਨਹੀਂ ਤੈਨੂੰ ਕੀ ਸੋਹਣਾ ਲੱਗਦਾ। ਅੱਲਾਹ ਦੀ ਜ਼ਾਤ ਫਰਮਾਉਂਦੇ ਨੇ, ਫੀ ਅਯੀ ਸੂਰਤਿ ਮਾ ਸ਼ਾ ਰੱਕਾ ਬਕ, ਉਹ ਤੈਨੂੰ ਮੈਂ ਕੀਮਤੀ ਚੀਜ਼ਾਂ ਦਿੱਤੀਆਂ ਨੇ, ਫਿਰ ਫਿਟਿੰਗ ਵੀ ਮੈਂ ਸੋਹਣੀ ਕੀਤੀ, ਜਿੱਥੇ ਅੱਖਾਂ ਮੈਂ ਲਾਈਆਂ ਨੇ ਇੱਥੇ ਸੋਹਣੀਆਂ ਲੱਗਦੀਆਂ, ਨੱਕ ਇੱਥੇ ਸੋਹਣਾ ਲੱਗਦਾ, ਕੰਨ ਵੀ ਇੱਥੇ ਸੋਹਣੇ ਲੱਗਦੇ, ਦਾੜੀ ਇੱਥੇ ਕਾਂ ਲਾਈ, ਇਹ ਵੀ ਇੱਥੇ ਸੋਹਣੀ ਲੱਗਦੀ, ਇਹਨੂੰ ਰੱਖ ਕੇ ਫਿਰ ਜਿਵੇਂ ਵੁਜ਼ੂ ਕਰੇਗਾ
कंघी करेगा, खलाल करेगा, ये तो तेरे नेकियां का कारखाना। दाढ़ी रखने तो कितना खर्चा होगा, क्यों नहीं होगा? मोड़े क्यों नहीं लोग रख दे मुनावण से? कुछ ना कोई खर्चा तो है ना, कदे टक भी आ जाता है। तो जे नाई को उस तरह कुंडा होवे तो उंज ही छिल छड़ गुनाह तकलीफ अजाब। जिस कौम की शक्ल बनाओगे मेरे आका ने फरमाया उस कौम दे नाल उठाएगा। दाढ़ी रख के बंदा फरिश्ता हो जाता, गुनाह होंदे रहिंदे। पर इमाम गज़ाली फरमाते ने दाढ़ी वाले बंदे ते परदे पै जाने ने। यार दी यारी अलू वेखा कि तेरे ऐबा अलू वेख, इरादे नाल ना करे। उंज एक शक्ल मुहम्मदी है, एक शक्ल खुदा नू प्यारी है। जे किसे नू नहीं चंगी लगदी तो ना लगे। अल्लाह ते अल्लाह दा हबीब राजी हो गए तो सारा कुछ बन। फकीरन आए सदा कर चले, मियाँ खुश रहो हम दुआ कर। बैठे हो किसी का रिश्तेदार फौत होया है, बीमार है, कोई बे औलाद है, किसी के बच्चे बीमार ने, किसी की शादियाँ नहीं हो रही, किसी नौकरी नहीं मिल रही। या अल्लाह असी दुआ मंगन लगे, शर्म भी आँदी है, असी केड़े मुँह नाल तेरे को दुआ मंगीए। उन सारिया वास्ते मंगते पे, बीमारा वास्ते भी, बेरोजगारा वास्ते भी, बे औलादा वास्ते भी। या अल्लाह जितने भी परेशान लोग ने उन्होंने परेशानियां दूर फरमा। या अल्लाह जितने भी मुसलमानों के आपस अंदर इख्तलाफ ने, पिंडा च, शहरां विच, मुल्कां विच, वो सारे दूर कर, साडा इतफाक कर, साडे सीने च बुगज़ कीना हसद निकाल दे, सानू जिंदगी प्यार वाली निभावने से फेंक दे। रब्बाना तकब्बल मिन्ना इन्नक अंत समीउल अलीम व सल्लल्लाहु तआला अला खैर खल्क़िही मुहम्मदिन।